ਦੱਦਾ ਹੂਰ ਤੇ ਰੱਜੀ ਵਾਲ ਦੀਆਂ ਟੀਮਾਂ ਦੇ ਵਿਚਕਾਰ ਮੁਕਾਬਲਾ ਖੇਡਿਆ ਜਾਵੇਗਾ ਤੇ ਨਾਲ ਹੀ ਦੋਧਰ ਤੇ ਸ਼ੁਸ਼ਕ ਦੀਆਂ ਟੀਮਾਂ ਵੀ ਤਿਆਰੀ ਫੜ ਲਓ ਨੌਜਵਾਨੋ ਇਸ ਤੋਂ ਅਗਲਾ ਮੁਕਾਬਲਾ ਹੋਵੇਗਾ ਹੈਲੋ ਹੈਲੋ ਮੈਚ ਸ਼ੁਰੂ ਹੋਣ ਜਾ ਰਿਹਾ ਹੁਣ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਵਧੀਆ ਮੈਚ ਦੋਹੇ ਟੀਮਾਂ ਸੈਂਟਰ ਲਾਈਨ ਤੇ ਆ ਜਾਣ ਦੱਦਾਹੂਰ ਵਰਸੇ ਰੱਜੀ ਵਾਲਾ ਪਿੰਡ ਦੋਹਾਂ ਹੀ ਟੀਮਾਂ ਦੇ ਵਿੱਚ ਬਹੁਤ ਹੀ ਸੋਹਣਾ ਮੁਕਾਬਲਾ ਅੰਬੂ ਘੱਲ ਕਲਾਂ ਵਾਲੇ ਦਾ ਝਤਰਿਆਂ ਦੇ ਕਬੱਡੀ ਦੇ ਮਹਾਂਕੁੰਭ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਟੂਰਨਾਮੈਂਟ ਕਮੇਟੀ ਦੇ ਨਿਰਭੈ ਪ੍ਰਧਾਨ ਜੀ ਪੁੱਜੇ ਨੇ ਦਿਲਜੀਤ ਸਿੰਘ ਜੀ ਸਾਡੇ ਮਨਜੀਤ ਸਿੰਘ ਜੀ ਧੰਨਵਾਦ ਕਰਦੇ ਆਪਾਂ ਸਾਰੇ ਆਏ ਹੋਏ ਉਸਦਾ ਸਤਨਾਮ ਸਿੰਘ ਜੀ ਪ੍ਰਧਾਨ ਸਾਹਿਬ ਬਾਬਾ ਮਨ ਸਾਗਰ ਯੁਵਕ ਸੇਵਾਵਾਂ ਕਲੱਬ ਮਨਸੂਰ ਦੇਵਾ ਪਿੰਡ ਸੋ ਮੈਚ ਗੁਰਮੁਖ ਸਿੰਘ ਜੀ ਖੇਡ ਮੈਦਾਨ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਅੱਜ ਦਾ ਦਿਨ ਪੂਰੀ ਦੁਨੀਆਂ ਦੇ ਵਿੱਚ ਔਰ ਵੱਖ ਵੱਖ ਕੰਟਰੀਆਂ ਦੇ ਵਿੱਚ ਬੈਠੇ ਹੋਏ ਪੰਜਾਬੀ ਵੀਰ ਇਸ ਕਬੱਡੀ ਦਾ ਲੁਤਫ ਲੈ ਰਹੇ ਨੇ ਔਰ ਮੁਬਾਰਕਬਾਦ ਦੇ ਰਹੇ ਨੇ ਇਸ ਪੂਰੇ ਪਿੰਡ ਨੂੰ ਸਪੋਰਟਸ ਕਲੱਬ ਨੂੰ ਗ੍ਰਾਮ ਪੰਚਾਇਤ ਨੂੰ ਕਿ ਵਾਕਿਆ ਬਹੁਤ ਵੱਡਾ ਉੱਦਮ ਕਰਕੇ ਚੌਥੇ ਸਾਲ ਦੇ ਵਿੱਚ ਕਬੱਡੀ ਜਿਹੜੀ ਆ ਦਰਸ਼ਕਾਂ ਦੇ ਸਾਹਮਣੇ ਕੀਤੀ ਇਸ ਨਗਰ ਨੇ ਆਓ ਹੁਣ ਖੇਡ ਮੈਦਾਨ ਦੇ ਵਿੱਚ ਇਸ ਮੁਕਾਬਲੇ ਦਾ ਨਜ਼ਾਰਾ ਲਈਏ ਇਸ ਵੇਲੇ ਖੇਡ ਮੈਦਾਨਾਂ ਵਿੱਚ ਦੱਦਾ ਹੋਰ ਦੀ ਟੀਮ ਜੀ ਗੁਰਦੁਆਰਾ ਸਾਹਿਬ ਵਾਲੀ ਸਾਈਡ ਹੋ ਗਈ ਹੈ ਤੇ ਖੇਤਾਂ ਵਾਲੀ ਸਾਈਡ ਰੱਜੀਵਾਲ ਦੀ ਟੀਮ ਕਿ ਦੱਦਾ ਹੋਰ ਤੇ ਰੱਜੀਵਾਲ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਇਹ ਗੱਲਾਂ ਕਰਦੇ ਟੀਮਾਂ ਦੋਹੇ ਚੰਗੀਆਂ ਦੱਦਾ ਹੂਰ ਦੀ ਧਰਤੀ ਦਾ ਮਨਪ੍ਰੀਤ ਨੌਜਵਾਨ ਤਿਆਰੀ ਫੜਦਾ ਏ ਪਹਿਲੀ ਕਬੱਡੀ ਪਾਉਣ ਦੀ ਮੇਰੇ ਵੀਰੋ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਦੇਖੋ ਲੱਗਿਆ ਰੱਬ ਨੂੰ ਧਿਆਉਣ ਲੋਕੋ ਨਾਲ ਹੀ ਪਹਿਲੀ ਕਬੱਡੀ ਇਸ ਵੇਲੇ ਮਨਪ੍ਰੀਤ ਨੌਜਵਾਨ ਤਿਆਰੀ ਫੜਦਾ ਏ ਪਰ ਸਾਡੇ ਸੇਵਾ ਸਿੰਘ ਜੀ ਮਚਾਕੀ ਵਾਲੇ ਨਹੀਂ ਮੰਨਦੇ ਅਗਲੀ ਕਬੱਡੀ ਪਹਿਲੀ ਇਸ ਵੇਲੇ ਕਹਿ ਲਈਏ ਰੱਜੀਵਾਲ ਦੀ ਇਸ ਵੇਲੇ ਵਿਹੜੇ ਕਹਿ ਲਈਏ ਬੋਲਿਆ ਨੌਜਵਾਨ ਬੂਟਾ ਇਸ ਵੇਲੇ ਵੱਧ ਬੋਲਦਾ ਹੈ ਧਾਵਾ ਚਾਰਾਂ ਫਿਰਾਂ ਦੀ ਘੁੰਮਦੀ ਹੋਈ ਚੈਨ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਦੇਖੋ ਲੱਗਿਆ ਰੱਬ ਨੂੰ ਧਿਆਉਣ ਲੋਕੋ ਕਿ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਕਿ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਲਾ ਹਲਕਾ ਡੱਟ ਕਹਿ ਲਈਏ ਬੂਟਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਮਨਪ੍ਰੀਤ ਦੱਦਾ ਹੋਰ ਦੀ ਧਰਤੀ ਦਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਮੈਚ ਸ਼ੁਰੂ ਹੋ ਚੁੱਕਿਆ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਗੋਂਦਿਆਂ ਵਾਲਿਆ ਸ਼੍ਰੀ ਨੌਜਵਾਨ ਦਾ ਹੁਣ ਚਾਰ ਜਾਫੀਆਂ ਦੇ ਵਿੱਚ ਜਾ ਕੇ ਨੌਜਵਾਨ ਨੇ ਧਾਵਾ ਬੋਲ ਦਿੱਤਾ ਸੇਵਾ ਸਿੰਘ ਸੇਖੋਂ ਫੈਸਲਾ ਕਰਦੇ ਨੇ ਦੀਨੇ ਵਾਲੇ ਸੁਖਦੇਵ ਦੇ ਨਾਲ ਮਿਲ ਕੇ ਸੱਚੀ ਬੋਲੀ ਬੋਲਿਆ ਕਿ ਪੁਆਇੰਟ ਜਾਫੀ ਦੇ ਹਿੱਸੇ ਦੇ ਵਿੱਚ ਹੈ ਚੱਲ ਵੀ ਨੌਜਵਾਨਾਂ ਪਹਿਲਵਾਨਾਂ ਪਾ ਕਬੱਡੀ ਹੁਣ ਚਾਰ ਜਾਫੀ ਬੜੇ ਟੌਪ ਦੇ ਜਾਫੀਆਂ ਦੇ ਵਿੱਚ ਨਾਮ ਹੈ ਲਓ ਸਾਹਮਣੇ ਇਕੱਲੇ ਇਕੱਲੇ ਖਿਡਾਰੀ ਉੱਤੇ ਰੋਹ ਪੂਰਾ ਚੜਿਆ ਕਿਹੜਾ ਜਾਊ ਭਾਜੋੜ ਕਿਹੜਾ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਹੋਰ ਪਾਉਣਗੇ ਇਹ ਇਕੱਲੇ ਇਕੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋ ਜਾਣੀ ਹੈ ਬੱਲੇ ਬੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋ ਜਾਣੀ ਹੈ ਬੱਲੇ ਬੱਲੇ ਮਿੱਤਰੋ ਸੌ ਰੁਪਇਆ ਅਮਰਜੀਤ ਸਿੰਘ ਬਾਲ ਵਾਲੇ ਗਰਸ਼ਰ ਨੇ ਦੱਦਾ ਹੂਰੀਏ ਨੂੰ ਸੌ ਰੁਪਇਆ ਜੱਫੇ ਦਾ ਇਨਾਮ ਦਿੰਦੇ ਆ ਜੀ ਸੌ ਰੁਪਇਆ ਅਗਲੀ ਕਬੱਡੀ ਗਰਸ਼ਰ ਨੇ ਦੱਦਾ ਹੂਰੀਏ ਨੂੰ ਗੁਰਸ਼ਰ ਨੇ ਦੱਦਾ ਹੂਰ ਦੇ ਲਈ ਵੱਡੇ ਸੌ ਰੁਪਇਆ ਸ਼ਾਂਕਰ ਇਲੈਕਟ੍ਰੀਸ਼ਨ ਕ੍ਰਿਸ਼ਨ ਜੀ ਮੋਗੇ ਵਾਲੇ ਉਹ ਗੁਰਸ਼ਰ ਨੇ ਦੱਦਾ ਹੂਰੀਏ ਨੂੰ ਸੌ ਰੁਪਇਆ ਦਿੰਦੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਕ੍ਰਿਸ਼ਨ ਜੀ ਮੋਗੇ ਤੋਂ ਅਗਲੀ ਕਬੱਡੀ ਇਸ ਵੇਲੇ ਬੂਟਾ ਨੌਜਵਾਨ ਤਿਆਰੀ ਫੜਦਾ ਕਿ ਮਿੱਤਰਾਂ ਦੇ ਪਿੰਡ ਜਾਣ ਦੀ ਮੁੰਡਾ ਕਰਦਾ ਫਿਰੇ ਤਿਆਰੀ ਚਾਰਾਂ ਫਿਰਾਂ ਦੀ ਘੁੰਮਦੀ ਹੋਈ ਚੈਨ ਵਿੱਚ ਦਰਸ਼ਰਨਾ ਦੱਦਾ ਹੂਰ ਦੀ ਧਰਤੀ ਦਾ ਕਹਿ ਲਈਏ ਵਧੀਆ ਜਾਫੀ ਹੈ ਮੇਰੇ ਵੀਰੋ ਕਿਹੜਾ ਨੌਜਵਾਨ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਨਾਲ ਹੀ ਸੋਝੀ ਵਾਲੀਆਂ ਗੁਰਮੁਖ ਫੈਸਲੇ ਕਰਦਾ ਬੂਟੇ ਨੂੰ ਹਾਂਜੀ ਬੂਟੇ ਨੂੰ ਸੌ ਰੁਪਇਆ ਪਰਮਿੰਦਰ ਸਿੰਘ ਸਰਪੰਚ ਰੇਡ ਦੇ ਦੇਣਗੇ ਜੀ ਜਗਰਾਜ ਸਿੰਘ ਜੀ ਨੰਬਰਦਾਰ ਸਾਹਿਬ ਵਿੱਚ ਵੱਡੇ ਮਾਨ ਭੇਜਦੇ ਨੇ 200 ਰੁਪਏ ਦੇ ਬੋਲਾਂ ਤੋਂ ਖੁਸ਼ ਹੋ ਕੇ ਆਪਾਂ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਸਾਡੇ ਵਿੱਕੀ ਕੈਨੇਡਾ ਤੇ ਰਮਨਾ ਕੈਨੇਡਾ ਵੱਡੇ ਮਾਨ ਆਏ ਨੇ ਬੋਲਾਂ ਤੋਂ ਖੁਸ਼ ਹੋ ਕੇ 200 ਰੁਪਏ ਦੇ ਇਹਨਾਂ ਵੀਰਾਂ ਦਾ ਵੱਡਾ ਧੰਨਵਾਦ ਤੇ ਨਾਲ ਹੀ ਮਨਪ੍ਰੀਤ ਦੱਦਾ ਹੂਰ ਦੀ ਧਰਤੀ ਦਾ ਜਦੋ ਜਦ ਜਾਰੀ ਹੈ ਕਿ ਅੱਜ ਨਾ ਬਣੇ ਤੇ ਨਾ ਹੀ ਕੱਲ ਨਾ ਬਣੇ 100 ਰੁਪਇਆ ਦੱਦਾ ਹੂਰੀਏ ਗਰਸ਼ਰਨੇ ਨੂੰ ਅਮਰਜੀਤ ਸਿੰਘ ਮਨਾਵੇ ਵਾਲੇ ਅਮਰਜੀਤ ਸਿੰਘ ਗਿਆਨੀ ਜੀ 100 ਰੁਪਇਆ ਦੱਦਾ ਹੂਰੀਏ ਗਰਸ਼ਰਨੇ ਨੂੰ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਆ
ਵੱਡੇ ਮਾਣ ਦਿੱਤੇ ਜਾ ਰਹੇ ਨੇ ਇਹਨਾਂ ਖਿਡਾਰੀਆਂ ਦੇ ਲਈ। ਸੋ ਨਾਲ ਹੀ ਅਗਲੀਆਂ ਦੋਹੇ ਟੀਮਾਂ ਜਲਦੀ ਤੋਂ ਜਲਦੀ ਵੇਟਿੰਗ ਰੂਮ ਦੇ ਵਿੱਚ ਪਹੁੰਚ ਜਾਣ। ਰਾਣਾ ਕਲੱਬ ਦੌਦਰ ਇੱਕ ਪਾਸੇ ਹੋਵੇਗੀ, ਦੂਸਰੇ ਪਾਸੇ ਸ਼ੋਸ਼ਕ ਦੀ ਟੀਮ। ਬਹੁਤ ਹੀ ਤਕੜਾ ਮੁਕਾਬਲਾ ਖੇਡਿਆ ਜਾਵੇਗਾ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ। ਹਜ਼ਾਰਾਂ ਅੱਖਾਂ ਜਿਹੜੀਆਂ ਨੇ ਅੱਜ ਵਿਸ਼ੇਸ਼ ਤੌਰ ਤੇ ਇਹਨਾਂ ਖਿਡਾਰੀਆਂ ਦੀ ਖੇਡ ਨੂੰ ਤੱਕ ਰਹੀਆਂ ਨੇ। ਲਾਓ ਸਾਹਮਣੇ ਪਾਈ ਹੋਈ ਕਬੱਡੀ, ਦੂਸਰੇ ਪਾਸੇ ਦੁਨੀਆਂ ਦੇ ਸੁਪਰ ਸਟਾਰ ਖਿਡਾਰੀਆਂ ਦੇ ਵਿੱਚ ਨਾਮ ਹੈ ਔਰ ਸਾਹਮਣੇ ਧੱਲੇ ਕੈਮਲਾ ਨਹੀਂ ਡੱਕ ਸਕਿਆ, ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਹੁਣ ਦੇਖਣਾ ਵੀ ਅਗਲੀ ਕਬੱਡੀ, ਬੂਟਾ ਨੌਜਵਾਨ ਵਾਈਟ ਕੱਛਾ ਨੌਜਵਾਨ ਦਾ ਮੁਸ਼ਕੀ ਜਿਹਾ ਰੰਗ ਹੈ। ਹੁਣ ਚਾਰ ਜਾਫੀ ਪੂਰੇ ਸਲਾਹਾਂ ਕਰਦੇ ਨੇ ਵੀ ਇਸ ਨੌਜਵਾਨ ਨੂੰ ਕਿੱਥੋਂ ਡੱਕ ਪਾਈ ਜਾਵੇ। ਖੇਡ ਮੈਦਾਨ ਦੇ ਵਿੱਚ ਸਾਹਮਣੇ ਪੈਂਦੀ ਹੋਈ ਕਬੱਡੀ ਔਰ ਦੂਸਰੇ ਪਾਸੇ ਸੋਢੀ ਵਾਲੇ ਦੇ ਗੁਰਮੁਖ ਸਿੰਘ ਜੀ ਫੈਸਲਾ ਕਰਦੇ ਨੇ ਕਿ ਪੁਆਇੰਟ ਇਸ ਨੌਜਵਾਨ ਬੂਟੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਭਲਵਾਨਾ ਪਾ ਕਬੱਡੀ, ਅਗਲੀ ਕਬੱਡੀ ਉੱਚਾ ਲਾਵਾਂ ਕਰਦਾ ਨੌਜਵਾਨ ਦਾ ਮਨ ਪਿੱਧਰ ਦਾ ਹੋਰ ਦੀ ਧਰਤੀ ਦਾ। ਤੇ ਇਸ ਵੇਲੇ ਵੱਧ ਬੋਲਦਾ ਹੈ ਧਾਵਾ ਕਿ ਥਾਪੀ ਮਾਰ ਹਾਣੀਆਂ ਜੀ ਉਹੀ ਕੌਂਡੀ ਪਾਉਂਦੇ ਨੇ। ਆਹ ਤਰਿਣਕੇ ਦਾ ਸ਼ਾਨਾ ਯਾਰ ਉਹ ਜਿਹੜੇ ਮੂੰਹ ਨੂੰ ਲਾਉਂਦੇ ਨੇ, ਖਾਦੇ ਨੇ ਬਦਾਮ ਜਿਹੜੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ। ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕਾਹਨੂੰ ਆਉਣੀਆਂ। ਅੱਜ ਕੱਲ੍ਹ ਇਹ ਖਾਧੀਆਂ ਖੁਰਾਕਾਂ ਦੇ ਮੁੱਲ ਪੈਣੇ ਨੇ। ਤੇ ਅਗਲੀ ਕਬੱਡੀ ਰੱਜੀ ਵਾਲੀਆਂ ਨੌਜਵਾਨ ਹੋ ਇਸ ਵੇਲੇ ਕਹਿ ਲਈਏ ਨੀਵਾਂ ਕਬੱਡੀ ਪਾਉਂਦਾ ਹੈ ਮੇਰੀ ਵੀਰਿਓ। ਇਸ ਵੇਲੇ ਦੱਦਾ ਹੁਰ ਪਿੰਡ ਵਾਲਾ ਨੌਜਵਾਨ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼, ਲੱਗਦਾ ਹੋਇਆ ਜ਼ੋਰ। ਤੇ ਵੀਡੀਓ ਪ੍ਰੋਟੈਕਸ਼ਨ ਵਾਲਾ ਸਾਡਾ ਵੀਰ ਵੱਡੇ ਮਾਣ ਭੇਜਦਾ ਹੈ, ਬੋਲਾਂ ਤੋਂ ਖੁਸ਼ ਹੋ ਕੇ ਜਿੰਮੀ ਸੰਧੂ ਕਹਿ ਲਈਏ, ਪੰਜਾਬੀ ਗੀਤਕਾਰੀ ਦਾ ਮਾਣ ਹੈ ਇਸੇ ਨਗਰ ਦਾ ਮਾਣ ਜਿੰਮੀ ਸੰਧੂ। ਨਾਲ ਹੀ ਅਗਲੀ ਕਬੱਡੀ ਨੌਜਵਾਨ ਖੇਡ ਮੈਦਾਨਾਂ ਵਿੱਚ ਕਿ ਬੱਗੀ ਤਿੱਤਲੀ ਕਮਾਤੋਂ ਨਿਕਲੀ ਤੇ ਉੱਡੀ ਨੂੰ ਬਾਜ ਪੈ ਗਿਆ, ਬਾਜ ਵਾਲੀ ਝਪਟ ਵੱਜੀ ਹੈ ਮੇਰੀ ਵੀਰਿਓ। ਲੱਗਦਾ ਹੋਇਆ ਜੱਫਾ ਇਸ ਵੇਲੇ ਕਿ ਇੱਥੇ ਫਰਕ ਨਹੀਂ ਪੈਂਦਾ ਰੰਗ ਗੋਰੇ ਕਾਲੇ ਤੇ। 100 ਰੁਪਈਆ ਪਰਮਿੰਦਰ ਸਿੰਘ ਸਰਪੰਚ ਵੱਲੋਂ ਤੇ 100 ਰੁਪਈਆ ਗੁਰਜੰਟ ਸਿੰਘ ਵੱਲੋਂ, ਜਿਹੜਾ ਬੂਟੇ ਨੂੰ ਜੱਫਾ ਲਾਊਗਾ ਜੀ, ਜਿਹੜਾ ਬੂਟਾ ਖੋਸੇ ਵਾਲੇ ਨੂੰ ਜੱਫਾ ਲਾਊਗਾ। 100 ਰੁਪਈਆ ਪਰਮਿੰਦਰ ਸਿੰਘ ਸਰਪੰਚ ਤੇ 100 ਰੁਪਈਆ ਗੁਰਜੰਟ ਸਿੰਘ ਜੀ ਦੇਣਗੇ ਜੀ। ਵੱਡੇ ਮਾਣ ਹੋਣਗੇ ਜਿਹੜਾ ਵੀ ਖਿਡਾਰੀ ਇਸ ਨੌਜਵਾਨ ਨੂੰ ਜੱਫਾ ਲਾਵੇਗਾ। 200 ਰੁਪਏ ਦੇ ਲਾਓ ਖੇਡ ਮੈਦਾਨ ਦੇ ਵਿੱਚ ਪੁੱਛ ਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਗੁਰਪ੍ਰੀਤ ਹੋਣੀ ਖੁਸ਼ ਨੇ, ਸਾਡੇ ਵੀਰ ਵਿਕਿਓ ਨੇ, ਅਮਨ ਹੋਣੇ, ਇਹਨਾਂ ਦੀ ਵੱਡੀ ਦੇਰ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਲਾਓ ਸਾਹਮਣੇ ਉੱਚਾ ਲੰਬਾ ਗੱਭਰੂ ਹੈ, ਦੋ ਥਾਪੀਆਂ ਮਾਰ ਦਿੱਤੀਆਂ ਔਰ ਦੂਸਰੇ ਪਾਸੇ ਸਾਹਮਣੇ ਨੌਜਵਾਨ ਮੂਹਰੇ ਅੜ ਕੇ ਹੌਸਲਾ ਕਰਕੇ ਪੂਤਰਿਆ ਸਾੜ ਸਿੰਘਾਂ ਤੋਂ ਫੜ ਕੇ ਕੋਸ਼ਿਸ਼ ਕਰਦਾ ਹੋਇਆ ਧੱਲੇ ਕਿਆ ਵਾਲਾ, ਪਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਚੱਲ ਵੀ ਬੂਟਿਆ ਪਾ ਕਬੱਡੀ, 200 ਰੁਪਇਆ ਲੱਗਿਆ ਹੋਇਆ ਇਸ ਨੌਜਵਾਨ ਦੇ ਉੱਤੇ। ਹੁਣ ਦੇਖਦੇ ਹਾਂ ਵੀ ਕਿਹੜਾ ਛਿੜੀ ਮਾਂ ਦਾ ਸ਼ੇਰ ਪੁੱਤ ਹੈ ਜਿਹੜਾ ਇਸ ਨੌਜਵਾਨ ਦੇ ਨਾਲ ਦੋ ਹੱਥ ਕਰੇਗਾ ਔਰ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਲਈ। ਅਗਲੀਆਂ ਦੋਹੇ ਟੀਮਾਂ ਜਲਦੀ ਆ ਜਾਣ। ਨਾਲ ਹੀ ਸਾਡੇ ਦਰਮਿਆਨ ਇੱਕ ਬੱਚਾ ਪੁੱਜਿਆ ਏ, ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਨੌਜਵਾਨ, ਇਹ ਵੀ ਆਪਣੀ ਗੇਮ ਦਾ ਮੁਜ਼ਾਹਰਾ ਕਰੇਗਾ, ਆਪਾਂ ਇਸਦਾ ਵੀ ਮਾਣ ਸਨਮਾਨ ਕਰਨਾ ਏ। ਇਸ ਵੇਲੇ ਕਹਿ ਲਈਏ ਦੱਦਾ ਹੂਰ ਦੀ ਤਰਫੋਂ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਤੇ ਨਾਲ ਹੀ ਮਹਿੰਦਰ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਡੇ ਮਾਣ ਭੇਜਦੇ ਨੇ 100 ਰੁਪਏ ਦੇ ਬੋਲਾਂ ਤੋਂ ਖੁਸ਼ ਹੋ ਕੇ। ਆਪਾਂ ਧੰਨਵਾਦ ਕਰਦੇ ਹਾਂ ਰਮਨ ਕੈਨੇਡਾ ਤੇ ਵਿੱਕੀ ਕੈਨੇਡਾ, ਕੁਲਜੀਤ ਕਹਿ ਲਈਏ ਕੈਨੇਡਾ ਦੇ ਵਿੱਚ ਲਾਈਵ ਹੋ ਗਿਆ ਏ। ਆਪਾਂ ਇਸ ਵੇਲੇ ਵੱਧ ਬੋਲਦਾ ਹੈ ਧਾਵਾ ਕਹਿ ਲਈਏ ਰੱਜੀ ਵਾਲੀਆਂ ਨੌਜਵਾਨ, ਲਾ ਹਲਕਾ ਟੱਚ ਮਾਂ ਮਿੱਟੀ ਦੀ ਉੱਡਦੀ ਹੋਈ ਧੂੜ ਤੇ ਨਾਲ ਹੀ ਵਿੱਕੀ ਕੈਨੇਡਾ ਬੁਲਟ ਲੈ ਕੇ ਪੁੱਜ ਗਿਆ ਏ। ਆਪਣਾ ਅਗਲੀ ਕਬੱਡੀ ਨੌਜਵਾਨ ਮਨ ਪਿੱਧਰ ਦਾ ਹੋਰ ਦੀ ਧਰਤੀ ਦਾ, ਇਸ ਵੇਲੇ ਕਹਿ ਲਈਏ ਉੱਚਾ ਲੰਮਾ ਕਰਦਾ ਨੌਜਵਾਨ ਦਾ ਕਿ ਤਿਪ ਤਿਪ ਚੋਵੇ ਮੁੜਕਾ ਮੁੰਡਾ ਸੋਹਣਾ ਜਿਹਾ ਕਬੱਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕਾ। ਕਹਿ ਲਈਏ ਇਸ ਵੇਲੇ ਦੱਦਾ ਹੂਰ ਦੀ ਧਰਤੀ ਦੇ ਮਨਪ੍ਰੀਤ ਦੀ ਪੈਂਦੀ ਹੋਈ ਕਬੱਡੀ ਤੇ ਲਾਹ ਮਾਰਿਆ ਇਹ ਨੌਜਵਾਨ ਨੇ, ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਤੇ ਨਾਲ ਹੀ ਵੀਡੀਓ ਸਾਹਿਬ ਪੂਰੇ ਖੁਸ਼ ਨੇ। ਨਾਲ ਜੱਗਾ ਜੀ ਜਿੱਥੇ ਵੱਡੇ ਮਾਨਾ ਸਨਮਾਨ ਦੀ ਗੱਲ ਹੋਵੇਗੀ ਬੂਟੇ ਉਮਰੀਆਂ ਦੇ ਲਈ, ਪਰਮਿੰਦਰ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਖੁਸ਼ ਨੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ। ਉਧਰ ਪਰਮਜੀਤ ਸਿੰਘ ਦਾ ਪੁੱਤ ਵੀ ਖੇਡ ਮੈਦਾਨ ਦੇ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੁੱਜ ਚੁੱਕਿਆ। ਬਹੁਤ ਸੋਹਣੀ ਖੇਡ ਤੇ ਤਾਂ ਹੀ ਤੇ ਮਾਣ ਦਿੱਤੇ ਗਏ ਨੇ ਬੁਲਟ ਮੋਟਰਸਾਈਕਲ ਦੇ। ਨਾਲ ਸਾਡੇ ਸਰ ਨਿਰਮਲ ਸਿੰਘ ਜੀ ਕੈਨੇਡਾ ਵਾਲੇ ਜੁੜੇ ਹੋਏ ਨੇ, ਇੰਦਰਜੀਤ ਸਿੰਘ ਜੀ ਕੈਨੇਡਾ ਵਾਲੇ ਵੀ ਨੇਟ ਦੇ ਨਾਲ ਜੁੜੇ ਹੋਏ ਨੇ, ਮੁਬਾਰਕਬਾਦ ਦੇ ਰਹੇ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਵੱਡੇ ਮਾਣ ਜਿਹੜੇ ਨੇ ਬੋਲਾਂ ਤੋਂ ਖੁਸ਼ ਹੋ ਕੇ ਦੇ ਰਹੇ ਨੇ ਸਾਡੇ ਅਮਨਵੀਰ ਜੀ, ਨਾਲ ਵਿੱਕੀ ਜੀ, ਗੁਰਪ੍ਰੀਤ ਜੀ। ਆਓ ਸਾਹਮਣੇ ਨੌਜਵਾਨ, ਹੁਣ ਅਗਲੀ ਕਬੱਡੀ ਦਾ ਨਜ਼ਾਰਾ ਤੱਕਣ ਦੇ ਲਈ ਦਰਸ਼ਕ ਪੱਬਾਂ
ਬੜਾ ਭਾਰ ਹੋਏ ਬੈਠੇ ਨੇ ਕਿ ਮੈਂ ਜਿਹੜਾ ਅਗਲਾ ਵੀ ਬੜਾ ਤਕੜਾ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ। ਸਾਹਮਣੇ ਚਾਰ ਜਾਫੀ ਹੈ, ਲਓ ਸਾਹਮਣੇ ਚਰਨਜੀਤ ਨਾਜਬਾਨਾ, ਹੁਣ ਵੱਧ ਕੇ ਇਸ ਨਾਜਬਾਨ ਦੋ ਹੱਥ ਕਰਨੇ ਪੈਣੇ ਆ। ਆਓ ਸਾਹਮਣੇ ਧੱਲੇ ਕੇ ਪਿੰਡ, ਮਹਿਤੇ ਦਾ ਪਿੰਡ ਮੇਰੇ ਵੀਰੋ ਦੂਸਰੇ ਪਾਸੇ, ਸੁੱਖ ਢਿੱਲੋਂ ਉਹਨਾਂ ਦੀ ਟੀਮ ਦੇ ਲਈ ਐਡਮਿੰਟਨ ਦੇ ਵਿੱਚ ਤਕੜਾ ਖੇਡਿਆ ਨਾਜਬਾਨ, ਪਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਆਓ ਅਗਲੀ ਕਬੱਡੀ ਫਿਰ ਦੇਖਦੇ ਹਾਂ ਵੀ ਸੋਨੂੰ ਭਲਵਾਨ ਦੀ ਹੈ। ਨਾਲ ਹੀ ਸਾਡੇ ਟਰਾਂਸਪੋਰਟ ਵਾਲੇ ਅਨਾਊਂਸ ਕਰਾਉਂਦੇ ਨੇ ਕਿ 200 ਰੁਪਇਆ ਹੋਵੇਗਾ ਜੇਕਰ ਸ਼ਰਨਾ ਕਹਿ ਲਈਏ ਦੱਦਾ ਹੁਰ ਵਾਲਾ ਜੱਫਾ ਲਾਵੇਗਾ ਮੇਰੇ ਵੀਰੋ। ਵੱਡੇ ਮਾਨ ਨਾਲ ਸਨਮਾਨਿਤ ਦੀ ਗੱਲ ਪਰਮਜੀਤ ਸਿੰਘ ਜੀ ਸੰਧੂ ਸਾਹਿਬ ਵੀ ਕਰਦੇ ਨੇ ਕਿ ਰਾਤੀ ਸੁੱਤੀ ਪਈ ਨੂੰ ਸੀ ਆਇਆ ਸੁਪਨਾ, ਸੁਪਨੇ ਵਿੱਚ ਨਾ ਤੂੰ ਗਿਆ ਕਿਸੇ ਕੋਲੋਂ ਫੜਿਆ ਉਹ ਧਰਤੀ ਪਿੰਡ ਮਨਾਵੇ ਦੀ, ਤੇਰੇ ਉੱਤੇ ਸੀ ਨੋਟਾਂ ਵਾਲਾ ਮੀਂਹ ਵਰਿਆ, ਸੁਪਨੇ ਤੂੰ ਕਰਕੇ ਦਿਖਾ ਦੇ ਸੱਚ ਵੇ ਹੁਣ ਸ਼ੇਰ ਬਣ ਜਾ, ਕੁੱਖੋਂ ਜਾਈ ਤੈਨੂੰ ਤੇਰੀ ਮਾਂ ਆਖਦੀ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ। ਕਿਸੇ ਨੇ ਕਿੰਤੂ ਪ੍ਰੰਤ ਨਹੀਂ ਕਰਨੀ ਨੌਜਵਾਨੋ, ਸਾਡੇ ਰੈਫਰੀਆਂ ਦੇ ਫੈਸਲੇ ਅਟਲ ਤੇ ਨਿਰਪੱਖ ਹੋਣਗੇ। ਨਾਲ ਹੀ ਦੋਧਰ ਤੇ ਸ਼ੂਸ਼ਕ ਦੀਆਂ ਟੀਮਾਂ ਵੀ ਤਿਆਰੀ ਫੜ ਲਓ ਨੌਜਵਾਨੋ, ਅਗਲਾ ਮੁਕਾਬਲਾ ਖੇਡਿਆ ਜਾਵੇਗਾ। ਅਗਲੀ ਕਬੱਡੀ ਦੱਦਾ ਹੁਰ ਦੀ ਤਰਫੋਂ ਨੌਜਵਾਨ ਇਸ ਵੇਲੇ ਬੋਲਦਾ ਹੈ ਧਾਵਾ ਕਿ ਅੱਜ ਨਾ ਬਣੇ ਤੇ ਨਾ ਹੀ ਕੱਲ ਨਾ ਬਣੇ, ਦਾ ਪਿੱਚ ਸਿੱਖੇ ਬਿਨਾਂ ਗੱਲ ਨਾ ਬਣੇ, ਇਸ ਵੇਲੇ ਕਹਿ ਲਈਏ ਦਾ ਪਿੱਚ ਸਿੱਖਣੇ ਪੈਂਦੇ ਨੇ। ਤੇ ਅਗਲੀ ਕਬੱਡੀ ਨੌਜਵਾਨ ਹਲਕਾ ਟੱਚ ਲਾ ਪੂਰੀ ਕੋਸ਼ਿਸ਼ ਕਰਦਾ ਏ, ਇਸ ਵੇਲੇ ਲੱਗਦਾ ਹੋਇਆ ਜੱਫਾ ਰੱਜੀ ਵਾਲੀਆਂ ਨੌਜਵਾਨ ਕਹਿ ਲਈਏ ਕਿ ਨਿਊ ਕੇ ਜਿਉਂ ਨਾ ਦਿੰਦੀ ਦੁਨੀਆ ਬਹੁਤੇ ਰੰਗਾਂ ਦੀ, ਆ ਰੱਖੇ ਡਾਂਗ ਤੇ ਡੇਰਾ ਢਾਣੀ ਮਸਤ ਮਲੰਗਾਂ ਦੀ। ਹਾਂਜੀ ਕਿਹੜੀ ਟੀਮ ਜੇਤੂ ਹੈ ਜੀ? ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਉਹ ਬਿਲਕੁਲ ਦਾਦਾ ਹੁਰ ਦੀ ਟੀਮ ਜੇਤੂ ਆ ਜੀ, ਨੋਟ ਕਰ ਲਓ। ਠੀਕ ਆ ਜੀ ਬਾਈ ਜੀ, ਅਸੀਂ ਆ ਫਾਈਨਲ ਮੈਚ ਆ ਜਿਹੜਾ ਮੈਚ ਰਹਿੰਦਾ ਇਹਦੇ ਵਿੱਚੋਂ ਜੇਤੂ ਰੱਖ ਕੇ ਟਾਈਆਂ ਕੱਢਣ ਲੱਗੇ ਆ, ਸਾਰੀਆਂ ਟੀਮਾਂ ਦਾ ਇੱਕ ਪਲੇਅਰ ਸਾਡੇ ਕੋਲ ਆ ਜੇ। ਇਸ ਤੋਂ ਅਗਲਾ ਮੈਚ ਸ਼ੁਰੂ ਕੀਤਾ ਜਾਵੇ ਖੇਡ ਮੈਦਾਨ ਦੇ ਵਿੱਚ, ਬਹੁਤ ਹੀ ਸੋਹਣਾ ਮੈਚ ਖੇਡਿਆ ਜਾਵੇਗਾ। ਤੇ ਕੁਝ ਸਮੇਂ ਦੇ ਬਾਅਦ ਬਲਵਿੰਦਰ ਸਿੰਘ ਜੀ ਵੀਡੀਓ ਸਾਹਿਬ ਜਿਨ੍ਹਾਂ ਨੇ ਵੱਡਾ ਮਾਣ ਕੀਤਾ ਪੰਜਾਬ ਦੇ ਪ੍ਰਸਿੱਧ ਬੁਲਾਰੇ ਬੂਟੇ ਉਮਰੀਆਣੇ ਦਾ, ਪਿਛਲੇ ਸਾਲ ਅਨਾਊਂਸ ਕੀਤਾ ਤੇ ਮੋਟਰਸਾਈਕਲ ਜਿਹੜਾ ਬਿਲਕੁਲ ਪੁੱਜਿਆ ਹੋਇਆ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੱਚੇ ਪਾਤਸ਼ਾਹ ਪਰਿਵਾਰਾਂ ਨੂੰ, ਉਹ ਵੀ ਮੋਟਰਸਾਈਕਲ ਕੁਝ ਸਮੇਂ ਦੇ ਬਾਅਦ ਇਸ ਗੱਭਰੂ ਦੇ ਹਿੱਸੇ ਦੇ ਵਿੱਚ ਆਵੇਗਾ। ਨਾਲ ਸਾਡਾ ਵੀਰ ਜੱਗਾ ਜਿਨ੍ਹਾਂ ਦੇ ਬਹੁਤ ਵੱਡੇ ਪਿਆਰ ਦਿੱਤੇ ਹੋਏ ਨੇ, ਸੋ ਜਿਹੜੇ ਖਿਡਾਰੀ ਖੇਡ ਚੁੱਕੇ ਨੇ ਪਲੀਜ਼ ਸਾਈਡ ਤੇ ਹੋ ਜਾਣ। ਆਹ ਜਿਹੜਾ ਮੈਚ ਆ ਬਹੁਤ ਤਕੜਾ ਖੇਡਿਆ ਜਾ ਰਿਹਾ, ਨਾਲ ਪ੍ਰਬੰਧਕ ਕਮੇਟੀ ਨੂੰ ਬੇਨਤੀ ਭਾਜੀ ਅਗਲੀਆਂ ਟਾਈਆਂ ਪਾ ਦਿੱਤੀਆਂ ਜਾਣ। ਔਰ ਆਹ ਜਿਹੜਾ ਆਪਾਂ ਆਖਰੀ ਮੈਚ ਸੈਕਿੰਡ ਰਾਊਂਡ ਦਾ ਤੱਕਣ ਜਾ ਰਹੇ ਹੈ, ਬਹੁਤ ਹੀ ਤਕੜਾ ਮੈਚ ਹੋਵੇਗਾ ਬੂਟਿਆਂ ਦੋਹਾਂ ਟੀਮਾਂ ਦੇ ਮੈਚ ਨੂੰ ਸ਼ੁਰੂ ਕਰ ਦਿੱਤਾ ਜਾਵੇ। ਬਾਲਟੀ ਜਿਹੜੀ ਚੁੱਕ ਲਈ ਜੀ ਕਲੀ ਵਾਲੀ ਵੀਰ, ਬਾਲਟੀ ਚੁੱਕ ਲਓ, ਬਹੁਤ ਮਿਹਰਬਾਨੀ ਆ ਜੀ। ਔਰ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਜੀ ਦੋ ਟੀਮਾਂ ਦੇ ਦਰਮਿਆਨ, ਬਹੁਤ ਹੀ ਤਕੜਾ ਮੈਚ ਮੇਰੇ ਵੀਰੋ ਖੇਡਿਆ ਜਾਵੇਗਾ। ਇੱਕ ਬੰਨੇ ਦਾਦੁਰ ਦੀ ਟੀਮ ਹੈ, ਦੂਸਰੇ ਬੰਨੇ ਸ਼ੂਸ਼ਕ ਦੀ ਟੀਮ ਹੈ, ਔਰ ਉਸਲੇ ਬੰਨੇ ਕੈਲਾ ਫਿਰੋਜ਼ਪੁਰੀ ਆ। ਨੌਜਵਾਨ ਆਪਣੇ ਕੰਨਾਂ ਨਾਲ ਬੁਲਟ ਮੋਟਰਸਾਈਕਲ ਖਿੱਚੇਗਾ, ਕਬੱਡੀ ਦਾ ਮੈਚ ਬਹੁਤ ਤਕੜਾ। ਉਸਲੇ ਬੰਨੇ ਅਮਰਜੀਤ ਸਿੰਘ ਜੀ ਬਲਾਕ ਸੰਮਤੀ ਮੈਂਬਰ ਕਬੱਡੀ ਦੇ ਨਜ਼ਾਰੇ ਤੱਕਦੇ ਹੈ। ਤਾੜੀਆਂ ਵੱਜ ਰਹੀਆਂ ਤੇ ਕਬੱਡੀ ਦਾ ਮੈਚ ਵੀ ਸ਼ੁਰੂ ਹੋਣ ਜਾ ਰਿਹਾ ਹੈ। ਖੇਡ ਮੈਦਾਨ ਦੇ ਵਿੱਚ ਤੱਕਾਂਗੇ, ਦਾਦਰ ਦੀ ਟੀਮ ਜਿਹੜੀ ਉਹ ਖੇਤਾਂ ਵਾਲੀ ਸਾਈਡ ਪੁੱਜ ਗਈ ਹੈ, ਦੂਸਰੇ ਬੰਨੇ ਟੀਮ ਆ ਜਿਹੜੀ ਉਹ ਬਿਲਕੁਲ ਸ਼ੂਸ਼ਕ ਦੀ ਹੈ। ਪਹਿਲੀ ਕਬੱਡੀ ਕਿਸ ਨੌਜਵਾਨ ਦੀ ਹੈ? ਦੁਨੀਆ ਦਾ ਸੁਪਰ ਸਟਾਰ ਕਹਿੰਦੇ ਵੀ ਕੋਹਨੀ ਸ਼ੂਸ਼ਕ ਪਿੰਡ ਦਾ ਕਬੱਡੀ ਪਾਉਂਦਾ ਹੋਇਆ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਨੇ ਤਿਆਰੀ ਕਰ ਦਿੱਤੀ ਹੈ, ਕਰਕੇ ਯਾਦਗਾਰਾਂ ਨੂੰ ਰੇਡਰ ਦਿੰਦੇ ਨੇ ਮੱਥਾ ਟੇਕ। ਜਿਸ ਜਾਫੀ ਪਕੜ ਬਣਾਈ ਹੈ ਲਾ ਦੂ ਰੇਡਰ ਦੀ ਬ੍ਰੇਕ, ਹੈਲੋ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ, ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਹੈ ਦੇਖ, ਮੈਚ ਆਖਰ ਉਹਨਾਂ ਜਿੱਤਣਾ ਜਿਹਦੇ ਜਿੱਤ ਲਿਖੇ ਵਿੱਚ ਲੇਖ। ਕੈਲਾ ਬਿਲਾਸਪੁਰੀਆ ਪੁੱਜਿਆ ਮੋਟਰਸਾਈਕਲ ਖਿੱਚਿਆ, ਹੈਲੋ ਸਨਮਾਨ ਜ਼ਰੂਰ ਕਰਨਾ। ਹਾਂਜੀ ਹੈਲੋ ਬਾਈ ਜੀ, ਅਗਲੇ ਰਾਊਂਡ ਦੀਆਂ ਜਿਹੜੀਆਂ ਟਾਈਆਂ ਅਸੀਂ ਕੱਢਦੀਆਂ ਨੇ ਭਗਤਾ ਵਰਸਿਸ ਗਗੜਾ, ਇਹ ਟੀਮਾਂ ਨੋਟ ਕਰਨ, ਇਹ ਗਰਾਊਂਡ ਦੇ ਨੇੜੇ ਰਹਿਣ ਕਿਉਂਕਿ ਗਰਾਊਂਡ ਅਸੀਂ ਵਿਹਲਾ ਨਹੀਂ ਰੱਖਣਾ। ਪਹਿਲਾ ਮੈਚ ਭਗਤਾ ਵਰਸਿਸ ਗਗੜਾ, ਦੂਜਾ ਮੈਚ ਇੰਦਗੜ ਵਰਸਿਸ ਵਕੀਲਾਂ ਵਾਲਾ, ਤੀਜਾ ਮੈਚ ਕਲਕਲਾਂ ਵਰਸਿਸ ਵਰੇ, ਤੇ ਚੌਥਾ ਮੈਚ ਦੱਦਾ ਹੂਰ ਵਰਸਿਸ ਜਿਹੜੀ ਹੈ ਇਸ ਟੀਮ, ਦੋਵਾਂ ਟੀਮਾਂ ਦੇ ਜਿਹੜੀ ਟੀਮ ਜੇਤੂ ਹੋਊਗੀ। ਬਹੁਤ ਮਿਹਰਬਾਨੀ ਜਗਸੀਰ ਜੀ,
ਲਿਸਟ ਪਾਉਣ ਦੀ ਕਰਦੇ ਹੋ, ਲੋਕੀ ਸਾਫ ਵਾਲੀਆ ਸੋਖਾ ਕਹਿੰਦੇ ਆ ਇਹ ਨੌਜਵਾਨ ਖਿਡਾਰੀ ਨੂੰ। ਖੇਡ ਮਕਾਲਵਾਂ ਦੀ ਧਰਤੀ ਦਾ ਗੁਰਵਿੰਦਰ ਮੇਰੇ ਵੀਰੋ ਆਓ ਦੇਖਦੇ ਵੀ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਜਾ ਖੇਡ ਮੈਦਾਨ ਵਿੱਚ ਲਾ ਲਾ ਕੇ ਫਿਰ ਹੋ ਜੇ ਜੰਫੇ ਬੱਲੇ ਬੱਲੇ ਨੌਜਵਾਨ ਪਿਰਸੀ ਦਾਦਰ ਦੀ ਧਰਤੀ ਦਾ ਗੁਰਪ੍ਰੀਤ ਵੱਢ ਖਾਣਾ ਡੀ ਪੀ ਕਹਿੰਦੇ ਜਾਫੀ ਜਿਹਨੂੰ ਸੋਨੇ ਦਾ ਕੜਾ 3 ਤੋਲੇ ਦਾ ਪਾਇਆ ਗਿਆ ਜੀਰੇ ਦੇ ਕਬੱਡੀ ਕੱਪ ਦੇ ਉੱਪਰ। ਉਧਰਲੇ ਬੰਨੇ ਪਰਮਜੀਤ ਸਿੰਘ ਦਾ ਪੋਤਾ ਕੈਨੇਡਾ ਦੇ ਖੇਡ ਮੈਦਾਨ ਵਿੱਚ ਬਹੁਤ ਤਕੜਾ ਖੇਡਿਆ ਤੇ ਬਾਹਰ ਕੱਢ ਦਿੱਤਾ ਨੌਜਵਾਨ ਖਿਡਾਰੀ ਨੇ। ਹੈਲੋ ਜੀ, ਹਾਂਜੀ, ਸੁੱਖੇ ਸ਼ੂਸ਼ ਕਾਲੇ ਨੂੰ ਵਿੱਕੀ ਕੈਨੇਡਾ ਤੇ ਜੰਟਾ ਤੇ ਸੰਧੂ ਸਰਪੰਚ ਤੇ ਗੋਪੀ 200 ਰੁਪਈਆ ਦੇਣਗੇ ਜੇ ਹਰੇਕ ਜੱਫੇ ਦੇ। ਉਧਰਲੇ ਬੰਨੇ ਬਦਨੀ ਦਾ ਪਿੰਦਰੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ 96 ਜੇ ਸਰੀਰ ਵਿੱਚ ਭਾਵੇਂ ਆਸਟ੍ਰੇਲੀਆ ਭਾਵੇਂ ਕੈਨੇਡਾ ਆਦਰ ਧੁੰਮ ਪਾਈ ਆ ਪੂਰੇ ਵਰਲਡ ਵਿੱਚ ਇਸ ਨੌਜਵਾਨ ਖਿਡਾਰੀ ਨੇ। ਪਿਛਲੇ ਸਾਲ ਦਾ ਮੈਨੂੰ ਕਹਿੰਦੇ ਵੀ ਕਬੱਡੀ ਦਾ ਟੂਰਨਾਮੈਂਟ ਯਾਦ ਇੱਕ ਬੰਨੇ ਗੁਰਪ੍ਰੀਤ ਦੀਪੀ ਵੱਢ ਖਾਣਾ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਅੱਖ ਦੇ ਝਮੱਕੇ ਨਾਲ ਕਮਾਲ ਜਿਹਾ ਹੋ ਗਿਆ, ਕਮਾਲ ਹੋਇਆ ਪਿਆ। ਅੱਜ ਬਾਪੂ ਟੇਕ ਸਿੰਘ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਆਦਰ ਦਿੱਤਾ ਜਾਣਾ ਇਹ ਨੌਜਵਾਨ ਖਿਡਾਰੀ ਨੂੰ। ਹਰ ਟੱਪ ਦੇ ਮਾਣ ਸਨਮਾਨ ਹੋਣਗੇ। ਉਧਰਲੇ ਬੰਨੇ ਸਰਦਾਰ ਜੀ, ਹੈਲੋ ਬਾਈ ਜੀ, ਇਸ ਮੈਚ ਤੇ ਆ ਖਿਡਾਰੀ ਸ਼ੂਸ਼ਕ ਨੂੰ ਤਰਾਸ਼ ਲਾ ਰਹੇ ਆ ਜੀ, 3 ਖਿਡਾਰੀ ਬਾਹਰੋਂ, ਇਸ ਰੇਡ ਤੋਂ ਬਾਅਦ 1 ਮਿੰਟ ਮੈਚ ਰੋਕਿਆ ਜਾਵੇ ਤੇ ਇਹਨਾਂ ਦਾ ਤਰਾਸ਼ ਦੂਰ ਕੀਤਾ ਜਾਵੇ। ਮੈਚ ਪੂਰਾ ਹੋ ਲੈਣ ਦਿਓ ਜੀ, ਤਰਾਸ਼ ਦਾ ਜਿਹੜਾ ਫੈਸਲਾ ਤੁਸੀਂ ਬਾਅਦ ਦੇ ਵਿੱਚ ਕਰ ਦਿਓ ਮੰਨੇ। ਹੈਲੋ ਬਾਈ ਜੀ, ਸਾਨੂੰ ਲੈ ਕੇ ਦਿਓ ਤਰਾਜ਼, ਅਸੀਂ ਫੇਰ ਲੈਣਾ, ਸਾਨੂੰ ਬਕਾਇਦਾ ਲੈ ਕੇ ਦਿਓ ਫੇਰ ਅਸੀਂ ਤਰਾਜ਼ ਲੈਣਾ, ਐ ਨੀ ਤਰਾਜ਼ ਲੈਣਾ ਨਾਲ ਤਰਾਜ਼ ਫੀਸ। ਹੈਲੋ, ਹਾਂਜੀ, ਸੁੱਖੇ ਨੂੰ ਸ਼ੂਸ਼ ਕਾਲੇ ਨੂੰ ਵਿੱਕੀ ਕੈਨੇਡਾ ਤੇ ਜੰਟਾ ਵੀਰ ਤੇ ਸਰਪੰਚ ਸੰਧੂ ਤੇ ਗੋਪੀ 200 ਰੁਪਈਆ ਨਾਮ ਦੇਣਗੇ ਜੀ ਵੀਰ ਮੇਰੇ, ਉਹ ਜਿੰਨੇ ਜੱਫੇ ਲਾਊਗਾ। ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ, ਅਗਲੀ ਲਿਸਟ ਭੇਜ ਦਿਓ ਜੀ। ਹੈਲੋ ਬਾਈ ਜੀ, ਜਿੰਨੇ ਸ਼ੂਸ਼ ਕਾਲੇ ਜੱਫੇ ਲਾਉਣਗੇ ਜਗਰਾਜ ਸਿੰਘ ਨੰਬਰਦਾਰ ਵੱਲੋਂ 100-100 ਰੁਪਈਆ ਉਹਨਾਂ ਦੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਮੈਚ ਖੇਡਿਆ ਜਾ ਰਿਹਾ, ਸਾਹਮਣੇ ਪਿੰਦਰੀ ਨੌਜਵਾਨ ਆਸਟ੍ਰੇਲੀਆ ਦੇ ਲਈ ਬਹੁਤ ਤਕੜਾ ਖੇਡਿਆ, 100 ਰੁਪਇਆ ਸਾਡੇ ਬਲਵਿੰਦਰ ਸਿੰਘ ਜੀ ਪ੍ਰਧਾਨ ਬੀਡੀਓ ਸਾਹਿਬ ਇਸ ਪਿੰਦਰੀ ਦੀ ਕਬੱਡੀ ਤੋਂ ਖੁਸ਼ ਹੋ ਕੇ ਦਿੰਦੇ ਨੇ ਔਰ ਬਹੁਤ ਹੀ ਵਧੀਆ ਖਿਡਾਰੀ ਤਾਂ ਹੀ ਤੇ ਅੱਜ ਮਾਣ ਸਨਮਾਨ ਕੀਤੇ ਜਾਣੇ ਨੇ। ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਭਾਗ ਸਿੰਘ ਦਾ ਪੁੱਤ ਪਾਉਣ ਦੇ ਲਈ ਤਿਆਰੀ ਕਰਦਾ ਹੋਇਆ ਬਲਜੀਤ ਸ਼ੂਸ਼ਕ ਪਿੰਡ ਵਾਲਾ। ਹੁਣ ਚਾਰੇ ਜਾਫੀ ਕੇ ਪਾਸੇ ਮਾਣਾ ਨੌਜਵਾਨ ਦਾਉਦਰ ਪਿੰਡ ਦਾ ਵਰਿੰਦਰ ਨਾਲ ਸ਼ਿੰਦਾ ਤੇ ਕਾਲਮਾ ਵਾਲਾ ਭਲਵਾਨ ਕਹਿੰਦੇ ਵੀ ਉਚੇਚੇ ਤੌਰ ਤੇ ਪੁੱਜਿਆ ਹੋਇਆ ਪਰ ਸੇਵਾ ਸਿੰਘ ਸੇਖੋਂ ਦੇ ਫੈਸਲੇ ਨਿਰਪੱਖ ਨੇ, ਬਹੁਤ ਤਕੜੀ ਖੇਡ ਖੇਡੀ ਜਾਂਦੀ ਹੈ ਔਰ ਸਾਹਮਣੇ ਹੁਣ ਮੈਕ ਦੇ ਉੱਤੇ ਗੱਲ ਬੂਟਾ ਸਿੰਘ ਜੀ ਇਸ ਭਲਵਾਨ ਦੀ ਕਰਨਗੇ, ਕਬੱਡੀ ਗੱਭਰੂ ਦੀ ਹੈ। ਉਧਰਲੇ ਬੰਨੇ ਸ਼ੂਸ਼ਕ ਦਾ ਬਾਬਾ ਤਿਆਰੀ ਫੜ ਨੌਜਵਾਨਾਂ ਬਾਬਿਆ, ਇੱਕ ਬੰਨੇ ਆਓ ਗੱਭਰੂ ਗਾਉਣਾ ਸੁੱਖਾ, ਤਾੜੀਆਂ ਮਾਰ ਦਿਓ ਮੇਰੇ ਵੀਰੋ ਖੇਡ ਮੈਦਾਨ ਵਿੱਚ। ਉਧਰਲੇ ਬੰਨੇ ਹੈਲੋ, ਲਓ ਸਾਹਮਣੇ 100 ਰੁਪਇਆ ਸਾਡੇ ਬਲਵਿੰਦਰ ਸਿੰਘ ਜੀ ਇਸ ਨੌਜਵਾਨ ਸੁੱਖੇ ਦੇ ਲਈ ਮਾਣ ਸਨਮਾਨ ਦੇ ਰਹੇ ਨੇ। 100 ਰੁਪਇਆ ਬਲਦੇਵ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਹੈ, ਉਹ ਵੀ 100 ਰੁਪਇਆ ਪਿੰਦਰੀ ਲਈ ਭੇਜਦੇ ਹੈ। ਚੱਲ ਵੀ ਨੌਜਵਾਨਾਂ ਬਦਨੀ ਪਿੰਡ ਵਾਲਿਆ ਪਾ ਕਬੱਡੀ ਖੇਡ ਮੈਦਾਨ ਵਿੱਚ ਤੱਕੀ ਹੈ ਤਾਂ ਬਦਨੀ ਦੇ ਨੌਜਵਾਨ ਦੀ ਕਬੱਡੀ। ਹੈਲੋ, ਜਗਰਾਜ ਸਿੰਘ ਨੰਬਰਦਾਰ ਵੱਲੋਂ ਸੁੱਖਾ ਸ਼ੂਸ਼ਕ ਜਿੰਨੇ ਵੀ ਜੱਫੇ ਲਾਊਗਾ ਹਰ ਇੱਕ ਜੱਫੇ ਤੇ 100 ਰੁਪਇਆ ਇਨਾਮ ਦਿੱਤਾ ਜਾਊਗਾ ਜੀ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁੱਖੇ ਵੀਰ ਤੇਰੇ ਲਈ ਬੜੇ ਮਾਣ ਸਨਮਾਨ ਆ ਰਹੇ ਨੇ, ਲੱਗ ਪਾਸੇ ਲੱਖੀ ਆ ਨੌਜਵਾਨ, ਬਹੁਤ ਹੀ ਸੋਹਣੀ ਖੇਡ ਖੇਡੀ ਜਾ ਰਹੀ ਹੈ। ਆਓ ਸਾਹਮਣੇ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਤੇ ਰਹਿੰਦਾ, ਪਰਲੇ ਵਰਲਡ ਕੱਪ ਦੇ ਵਿੱਚ ਬਹੁਤ ਸੋਹਣੀਆਂ ਕਬੱਡੀਆਂ ਪਾਈਆਂ ਨੌਜਵਾਨ ਨੇ। ਦੂਸਰੇ ਪਾਸੇ ਪ੍ਰਗਟ ਸਿੰਘ ਸਾਫੋ ਵਾਲੇ ਦਾ ਪੁੱਤ ਸੁੱਖਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਹੁਣ ਦੇਖਦੇ ਹਾਂ ਵੀ ਕਾਲਮਾ ਵਾਲਾ ਭਲਵਾਨ ਪਹਿਲਾਂ ਭਲਵਾਨੀ ਕੀਤੀ ਹੈ ਤੇ ਹੁਣ ਕਬੱਡੀ ਦੇ ਪੂਰੇ ਨਕਸ਼ੇ ਦੇ ਉੱਤੇ ਉਤਰਿਆ ਗੱਭਰੂ, ਇਹ ਮੰਨਣਾ ਪੈਣਾ ਮੇਰੇ ਵੀਰੋ ਜੋ ਅਫੀਸ਼ੀਅਲ ਦਾ ਫੈਸਲਾ ਹੈ ਬਿਲਕੁਲ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ।
ਵਿੱਕੀ ਸਾਡਾ ਵੀਰ ਔਰ ਗੋਪੀ ਕਹਿੰਦੇ ਵੀ 500 ਰੁਪਏ ਦੇ ਮਾਣ ਨੇ ਇਹਨਾਂ ਖਿਡਾਰੀਆਂ ਦੇ ਹਿੱਸੇ ਦੇ ਵਿੱਚ ਸੁੱਖੇ ਦੇ ਲਈ। ਚੱਲ ਸੁੱਖਿਆ ਫੜ ਲੈ ਤਿਆਰੀ ਸਰ ਪਰਮਜੀਤ ਸਿੰਘ ਦਾ ਪੁੱਤ ਲਾ ਹਰਜੀ ਪਾਸੇ ਨਹੀਂ ਰੀਸਾ ਪਾਓ ਭਲਵਾਨਾ ਆਓ ਬੱਲੇ 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 ਹੋ ਗਈ ਮਿੱਤਰੋ ਵਾਹ ਸੋਹਣਿਆ ਐਵੇਂ ਨੀ ਦੁਨੀਆ ਮਾਣ ਕਰਦੀ ਕਿ ਹਿੱਕ ਵਾਲੇ ਜੋਰ ਅੱਗੇ ਦੁਨੀਆ ਨਿਆਉਂਦੀ ਹੈ। ਦੇਖ ਫਿਰ ਬਲਵਿੰਦਰ ਸਿੰਘ ਰੰਗ ਮਿਹਨਤ ਲਿਆਉਂਦੀ ਹੈ ਰੰਗ ਮਿਹਨਤ ਲਿਆਉਂਦੀ ਹੈ। ਬਲਦੀਪ ਸਿੰਘ ਜੀ ਲਾਲੂ ਸਾਡੇ ਬਹੁਤ ਸਤਿਕਾਰਯੋਗ ਹੈ 100 ਰੁਪਇਆ ਸੁੱਖੇ ਸੂਚਕ ਲਈ ਭੇਜਦੇ ਹੈ। ਚੱਲ ਵੀ ਨਾਜੋ ਨਾਦਰਲੇ ਬੰਨੇ ਸਾਡੇ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਤਾਂ ਹੀ ਤੇ ਮੋਟਰਸਾਈਕਲਾਂ ਦੇ ਮਾਣ ਦਿੱਤੇ ਜਾਂਦੇ ਨੇ ਏਦਾਂ ਤਾਂ ਹੀ ਮਾਣ ਦਿੰਦੇ ਨੇ ਪੰਜਾਬੀ ਸਾਡੇ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਘੋਨੀ ਦੀ ਆ ਹਰਬੰਸ ਸਿੰਘ ਦਾ ਪੁੱਤ ਹੈ ਸੁੱਖਾ ਵੀ ਮਾਣ ਕਰਦਾ ਲਾਓ ਸਾਹਮਣੇ ਆਓ ਨੌਜਵਾਨ ਭੱਜਿਆ ਜਾਂਦਾ ਮੰਜ਼ਿਲ ਤੈਅ ਕਰ ਚੁੱਕਿਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪੁਆਇੰਟ ਦਾ ਵਾਧਾ ਕਰਦਾ ਹੋਇਆ ਕਿਹੜੀ ਟੀਮ ਜੇਤੂ ਜੀ ਇੱਕ ਵਾਰੀ ਤਾੜੀਆਂ ਮਰਾਈਏ ਦੋਹਾਂ ਟੀਮਾਂ ਦੇ ਲਈ ਕੌਣ ਜਿੱਤ ਗਿਆ ਜੀ ਦੱਸ ਦਿੱਤਾ ਜਾਵੇ। ਹੈਲੋ ਹੈਲੋ ਹਾਂਜੀ ਠੀਕ ਆ ਬਾਈ ਬਾਈ ਜਿੰਨੇ ਸੁੱਖੇ ਨੇ ਜੱਫੇ ਲਾਏ ਆ ਜਾਂ ਸ਼ੂਸ਼ਕੜਾ ਲਾਏ ਆ ਜਗਰਾਜ ਸਿੰਘ ਨੰਬਰਦਾਰ ਤੋਂ ਪੈਸੇ ਲੈ ਲਓ ਉਹਨੇ। ਕੌਣ ਜਿੱਤ ਗਿਆ ਜੀ ਦੱਸ ਦਿੱਤਾ ਜਾਵੇ ਕਿਹੜੀ ਟੀਮ ਜੇਤੂ ਆ ਬਾਈ ਜੀ। ਅੱਛਾ ਪੈਂਡਿੰਗ ਰੱਖਿਆ ਰਿਜ਼ਲਟ ਠੀਕ ਆ ਜੀ ਇਤਰਾਜ਼ ਸੀਗਾ। ਹੈਲੋ ਆਹ ਜਿਹੜੇ ਟੀਮਾਂ ਤੋਂ ਖੇਡ ਕੇ ਗਈਆਂ ਇਹਨਾਂ ਦਾ ਰਿਜ਼ਲਟ ਡਿਕਲੇਅਰ ਨਹੀਂ ਕਰਨਾ ਗਾ ਇਤਰਾਜ਼ ਆ ਗਿਆ ਇਹਨਾਂ ਤੇ। ਹਾਂ ਛੂਛਕ ਦੇ ਇਤਰਾਜ ਆਇਆ ਇਹਨਾਂ ਦਾ ਰਿਜ਼ਲਟ ਡਿਕਲੇਅਰ ਨਹੀਂ ਕਰਨਾ ਇਹ ਜਿੰਨਾ ਚਿਰ ਅਸੀਂ ਕਲੀਅਰ ਨਹੀਂ ਕਰਦੇ ਉਹਨਾਂ ਚਿਰ ਡਿਕਲੇਅਰ ਨਹੀਂ ਕਰਨਾ। ਅਗਲੇ ਮੈਚ ਦੀਆਂ ਦੋਵੇਂ ਟੀਮਾਂ ਭਗਤਾ ਤੇ ਗਗੜਾ ਜੀ ਭਗਤਾ ਤੇ ਗਗੜਾ ਦੋਵੇਂ ਟੀਮਾਂ ਖੇਡ ਮੈਦਾਨ ਦੇ ਵਿੱਚ ਜਲਦੀ ਨਾਲ ਪੁੱਜ ਜਾਣ ਜੀ। ਇੰਦਗੜ੍ਹ ਤੇ ਵਕੀਲਾਂ ਵਾਲਾ ਜੀ ਕੱਲ੍ਹ ਤੇ ਵਰੇ 10-10 ਹੋਰ ਤੇ ਟੀਮ ਜਿਹੜੀ ਜੇਤੂ ਹੈ 200 ਰੁਪਇਆ ਲੈ ਲਓ ਜੀ 100 ਰੁਪਇਆ ਬਦਲੀ ਦੇ ਪਿੰਦਰੀ ਦਾ 100 ਰੁਪਇਆ ਸੁੱਖੇ ਦਾ ਜੀ ਕਿਰਪਾ ਕਰਕੇ ਸਵੈ ਸੰਦੂਰਿਆ ਇੱਧਰ ਆ ਜਾ ਇੱਧਰਲੇ ਬੰਨੇ ਬੈਠ ਕੇ ਇੱਧਰ ਝਾਕ ਭਗਤਾ ਵਰਸੇ ਗਗੜੇ ਦੀ ਟੀਮ ਆਓ ਜੀ ਗਰਾਊਂਡ ਦੇ ਵਿੱਚ ਜਲਦੀ ਨਾਲ। ਹੈਲੋ ਭਗਤਾ ਤੇ ਗਗੜਾ ਦੋਨੇ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਵਿੱਚ ਪੁੱਜਣ ਭਗਤਾ ਤੇ ਗਗੜਾ ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹੀ ਜਿਨ੍ਹਾਂ ਦੀ ਬੜੀ ਅਪਾਰ ਕਿਰਪਾ ਇਸ ਪਿੰਡ ਵਿੱਚ 32 ਸਾਲ ਰਹੇ ਵੱਡੀ ਦੇਣ ਮਾਰਕੀਟ ਕਬੱਡੀ ਨੂੰ ਦੋਨੇ ਟੀਮਾਂ ਭਗਤਾ ਤੇ ਗਗੜਾ ਖੇਡ ਮੈਦਾਨ ਵਿੱਚ ਪੁੱਜਣ ਦੋਵੇਂ ਟੀਮਾਂ ਅਗਲੇ ਮੈਚ ਦੀਆਂ ਗਰਾਊਂਡ ਦੇ ਵਿੱਚ ਜਲਦੀ ਨਾਲ ਪੁੱਜ ਜਾਣ ਜੀ ਜਿੱਥੇ ਮੇਰੀ ਆਵਾਜ਼ ਨੂੰ ਇਹ ਵੀਰ ਸੁਣਦੇ ਆ ਜਲਦੀ ਨਾਲ ਭਗਤਾ ਤੇ ਗਗੜਾ ਜੀ ਭਗਤਾ ਵਰਸ ਗਗੜੇ ਦੀ ਟੀਮ ਨਾਲ ਮੇਰਾ ਵੀਰ ਅਮਰੀਕ ਖੋਸੇ ਕੋਟਰੇ ਵਾਲਾ ਉਹ ਵੀ ਤਿਆਰੀ ਫੜ ਦੇ ਮਾਰਕੀਟ ਕਬੱਡੀ ਦੀ ਪਾਤ ਪਾਵੇਗਾ ਖੇਡ ਮੈਦਾਨ ਦੇ ਵਿੱਚ ਗਗੜਾ ਤੇ ਭਗਤਾ ਦੋਨਾਂ ਟੀਮਾਂ ਨੂੰ ਸਿਰਫ 2 ਮਿੰਟ ਦੀ ਕਾਲ ਆ। ਹੈਲੋ ਗਗੜਾ ਤੇ ਭਗਤਾ। ਹੈਲੋ ਜੀ ਹੈਲੋ ਬਾਈ ਜੀ ਗਰਾਊਂਡ ਨਾ ਖਾਲੀ ਕਰੋ ਭਗਤੇ ਤੇ ਗਗੜੇ ਨੂੰ ਕਾਲ ਕਰ ਦਿਓ 1 ਮਿੰਟ ਦੀ। 1 ਮਿੰਟ ਦਾ ਸਮਾਂ ਜੀ ਭਗਤਾ ਤੇ ਗਗੜੇ ਦੀ ਟੀਮ ਜੀ। ਹੈਲੋ ਮੈਚ ਬਹੁਤ ਤਕੜਾ ਖੇਡਿਆ ਜਾਣਾ ਹੈ ਸੁੱਖਾ ਸੁੱਖਾ ਸ਼ੂਸ਼ਕ ਵਾਲਾ ਆਪਣਾ ਨਾਮ ਲੈ ਜਾਵੇ ਸਟੇਜ ਤੇ ਆ ਕੇ ਜੀ ਸੁੱਖਾ ਸ਼ੂਸ਼ਕ ਵਾਲਾ ਉਹਨਾਂ ਦੇ ਇਤਰਾਜ਼ ਲੱਗਾ ਆਓ ਇੱਥੇ ਟੀਮ ਇੱਥੇ ਆ ਜਾਣਾ ਸਟੇਜ ਦੇ ਕੋਲੇ ਸ਼ੂਸ਼ਕ ਵਾਲੀ ਟੀਮ ਦੇ ਇਤਰਾਜ਼ ਲੱਗਾ ਜੀ। ਗਗੜਾ ਤੇ ਭਗਤਾ ਦੋਨੇ ਟੀਮਾਂ ਕਿਉਂ ਨਹੀਂ ਪੁੱਜ ਰਹੀਆਂ ਖੇਡ ਮੈਦਾਨ ਦੇ ਵਿੱਚ ਗਗੜਾ ਤੇ ਭਗਤਾ ਦੋਨੇ ਟੀਮਾਂ ਨਾਲ ਪੰਜਾਬ ਲਾਈਵ 1.com ਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਨੇੜੇ ਹੁਣ ਦੀ ਸਮੁੱਚੀ ਟੀਮ ਦਾ ਆਪਾਂ ਧੰਨਵਾਦ ਕਰਾਂਗੇ। ਡਰੋਲੀ ਵਾਲੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਆ ਨਾਲ ਸਾਡੇ ਅਫੀਸ਼ਲ ਵੀਰਾਂ ਦੇ ਬਹੁਤ ਬਹੁਤ ਧੰਨਵਾਦ। ਗਗੜਾ ਤੇ ਭਗਤਾ ਦੋਨੇ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਇੱਕ ਟੀਮ ਪੁੱਜ ਗਈ ਆ ਗਗੜਾ ਪੁੱਜ ਗਈ ਵੀਰ ਹੱਥ ਖੜਾ ਕਰੋ ਭਗਤੇ ਦੀ ਟੀਮ ਜੇ ਪੁੱਜ ਗਈ ਤਾਂ ਹੱਥ ਖੜਾ ਕਰੋ। ਸੁੱਖਾ ਸ਼ੂਸ਼ਕ ਵਾਲਾ ਸਟੇਜ ਤੇ ਆ ਕੇ ਆਪਣਾ ਨਾਮ ਲੈ ਜਾਓ ਜੀ। ਸਾਡੇ ਕਮੇਟੀ ਵਾਲੇ ਵੀਰ ਆਉਂਦੇ ਆ ਵੀ ਤੀਜੇ ਰਾਊਂਡ 'ਚ ਕੋਈ ਇਤਰਾਜ਼ ਨਹੀਂ ਦੂਜੇ ਰਾਊਂਡ ਦੇ ਵਿੱਚ ਕੋਈ ਇਤਰਾਜ਼ ਨਹੀਂ ਜੀ ਇਹ ਫੈਸਲਾ ਸਾਡੇ ਕਮੇਟੀ ਵਾਲੇ ਵੀਰਾਂ ਦਾ
भी कोई इतराज नहीं मनिया जाएगा और अगले मैच भी कोई जरा इतराज नहीं होगा। लाओ जी भगते की टीम पुज गई है ग्राउंड, दूसरी जी टीम है ग्राउंड आ जाए जी गगड़े दी जी जिथे मेरी आवाज नू गगड़ा सुनता है ग्राउंड आवे। शूशक की टीम गगड़े की टीम भी बिना किसी देरी तो खेड मैदान पुजे। गगड़े की टीम गगड़े की टीम जड़ी ग्राउंड आ जाए गगड़े की टीम हाथ बन के बेनती है। हेलो गगड़े की टीम खेड मैदान पुजे गए गगड़े दोनों टीमों का बहुत बहुत धन्यवाद होवे। खेड मैदान हिंद ते पाक वाला मुकाबला होवेगा और छिंदू जलालाबादी ते कीपा कबड्डी खिडारी बलबीर सिंह जी हालदार उन्होंने वालों विशेष तौर पर सन्मानित किए जाएंगे जी। बहुत ही तगड़ा मैच कबड्डी का होना है। एक बन्ने भगता ते दूसरे बन्ने गगड़ा इंदगढ़ ते वकीलां वाला कल ते वरे जी और जिहड़ी टीम जीती उहदा मैच होना है दादा होर दी टीम दे नाल। पंदीप मारो जी विसल ते मैच शुरू करा दो जी। भाई कन्हैया कबड्डी क्लब के वालों भी बहुत बड़ा आदर सत्कार पुजे आप उन्होंने भी धन्यवाद करते हैं। दोवें टीमों का मैच शुरू करवा दिता जाए जल्दी नाल। दोवें टीमों का मैच शुरू करवा दिता जाए। उधरले बन्ने गगड़े वाला गोलू पुजिया होया जी ने बइयां वाले का कबड्डी कप जितया है। कबड्डिया पापा कहिंदे भी सी डी डिलक्स मोटरसाइकिल बइयां वाले के कबड्डी कप का बेस्ट रेडर साढ़े दरम्यान पुज चुका है मेरा वीर गोलू गगड़े वाला। मेरा वीर सिंधु जलालाबाद ते नाल मेरा वीर कीपा कबड्डी खिडारी विशेष तौर पर सन्मान होगा बलबीर सिंह जी हालदार के वालों। जल्दी आप मैच की शुरुआत करा इस मैच की जल्दी शुरुआत करा एक पासे भगते की टीम और दूजे पासे टीम जी गगड़े की। केवल वाले वीर बेनती है भी केवल नहीं चलती। केवल वाले वीर मेरी बेनती है भी केवल जी चल नहीं रही केवल चला दिता जाए जी। मैच शुरू करा दो जी जल्दी नाल। भागपुर गगड़ा ते भगते का मैच शुरू होने जा रहा है। दोवां टीमां दे विचकार बहुत ही तकड़ी जिहड़ी टक्कर होएगी आपां तकांगे समय का इंतजार करांगे भी रैफरी वीरां नूं बेनती भी जल्दी विसल मार दिओ। भिंदर जी सिट ला लैन जी दोवें टीमां नाल ही अगलियां टीमां भी जल्दी जिहड़ियां वेटिंग बॉक्स दे विच आ जाण। अगलिया टीमों को भी बेनती करते भी वह टीम वेटिंग बॉक्स के आ जाए और दोनों टीमों को बेनती करते भी जल्दी साइडा मल लैन। गगड़ा वर्सिज भगता मैच वधिया खेडिया जाना है। दोनों ही टीम जिहड़ियां स्टार प्लेयर के नाल लैस टीम ने एक पासे गगड़े की टीम तो दूजे पासे टीम भगते की। मैच शुरू करवा दिता जाए जी जल्दी नाल।
मैच शुरू होने जा रहा है दो टीमों के दरमियान। एक बन्ने गगड़ की टीम है, दूसरे बन्ने भगता भाई है। पहला मैच भी बहुत तगड़ा होया भिंडर ते भगते का, आ भी मैच बहुत तगड़ा होगा आस है दो टीमों के दरमियान। उधरले बन्ने धर्मकोटिया लखा भी पुज गया मेरा वीर, खरे खरे जाफिया तो आंदा नहीं वह लोट, नाम है लखा ते पिंड धर्मकोट। कबड्डी का बहुत तगड़ा खिडारी आप जल्द इस मैच की शुरुआत करांगे। भगता वारस जी गगड़ा दोनों टीमों के विचकार जिहड़ा टॉप का मैच खेडिया जाएगा। एक पासे टीम जिहड़ी भगते की जिला बठिंडा है, दूजे पासे मोगे की धरती कहिंदे वी खिडारियों का पिंड है गगड़ा। दोनों टीम टॉप के प्लेयरां दे नाल लैस टीम ने। आ खिडारी है कहिंदे वी गोलू जिन्हें मोटरसाइकिल जितया मइयां वाले दे कबड्डी कप दे। लाओ मेरे वीरो पहली जिहड़ी कबड्डी फिर तकीए नौजवान गभरू गगन दी पाई हुई है। एक बन्ने लाले दा सपुत्र भी विशे तार ते पुज चुका है। लाओ मेरे वीरो रमणा तलवंडी भाई दा चार जिहड़े खिडारी पूरे तैयार बर तैयार ने। चाहां विचों कान गभरू उतले बन्ने बिल्ला वीर भी विशे तार ते पुज गया काका गगड़े की धरती का। चल भी ना यो ना गोलू गगड़े वाला कबड्डी पाउण लई वाधा होया खेड मैदान विच। जसवंत सिंह फौजी का एक पुत है, मइयां वाले का कबड्डी खेड मेला जितया। मूहरे फरंदीपुरी आ गोपी हाथ ला के कहिंदे वी भज्जिया नौजवान ते लोकां ने ताड़ियां ते चीकां नचे नौजवान। उधरले बन्ने हरप्रीत भगते का बहुत सोहनी कोशिश करता होया ते पाउण जिहड़ा गगड़े की टीम का। लाओ शिविंदर कहिंदे वी भगते की धरती का एक पासे जिला बठिंडा है, कहिंदे वी पंजाब दा रीती। हैलो भाई जी गोरा पढ़ाने वाला जिन्ने भी जापे लाऊगा मंदरजीत सिंह भारतीय किसान यूनियन दे मैंबर उन्हां वालों 100-100 रुपया होऊगा। लाओ सामने देखते भी शिविंदर भगते वाला और दो नंबर तो बड़ी वधिया कोशिश की थी, कहिंदे भी गगड़े की धरती का बेला ला तकड़ा जफा बल्ले बल्ले करवाउंदा होया अपनी टीम दे लई पॉइंट गगड़े दी टीम। हैलो भाई जी गोलू नूं जिहड़ा भी जप्पा लाऊगा उहनूं जगराज सिंह नंबरदार वल्लों 100 रुपया। लाओ सामने देखते भी जसवंत सिंह फौजी दे सपुत्र दी कबड्डी खेड मैदान दे विच। चार जाफी कहिंदे भी बठिंडे दे विच 7 लाइनां पैंदियां, पंजाब दा सब तों वड्डा रेलवे जंक्शन जिला बठिंडा। कोई कहिंदा जमीनां खुल्लियां ने, कोई कहिंदा घोड़ियां रखदे आ। लाओ गोरा पढ़ाणे पिंड दा मुंडा फरोज पुरिया बड़े वधिया पॉइंट दा वादा करदा होया अपनी टीम दे लई। इह पॉइंट कहिंदे भी पढ़ाणे दी पढ़ाणे वाला गोरा भगते दी टीम लई पॉइंट दा वादा करदा होया। मनना पैना मेरी बेनती है भी मनना पैना रैफरी का फैसला टल है। चल भी नाई ना उधरले बन्ने बिल्ला भी टापदा जाफी है, टा लैंदा धावी नूं हथ पाउंदा नहीं उह टिल्ला चोटी का जाफी है यार वो गगड़े पिंड का बिल्ला। बिल्ला भी कहर का खिडारी मेरे वीरियो। एक बन्ने नौजवान हल्का जिहा हाथ वाला भज्जिया आउंदा है पॉइंट जिहड़ा भगते की टीम का। चल भी धर्मकोटिया इस कबड्डी कप का गोलू बैस्ट रेडर है मइयां वाले का, पिछले साल का आ खिडारी बैस्ट रेडर डिकलेयर किया गया। लखा धर्मकोटिया समय कबड्डी पाउंदा होया खेड मैदान विच। पहले साल कहिंदे भी कनेडा खेडिया, फिर हुल कबड्डी क्लब वालों इंग्लैंड के खेड मैदानां दे विचों धावे बोले इस नौजवान खिडारी ने। देखते भी लखा धर्मकोट की धरती का, कहिंदे भी लंडन के एयरपोर्ट तो 15 किलोमीटर की दूरी से एक लैफ्टर शहर है ते लैफ्टर के कबड्डी कप का उत्तम धावी है लखा धर्मकोट वाला बड़े वधिया पॉइंट का वाधा करता होया गगड़े की टीम के लिए। शिविंदर भगते वाला नौजवान अगली कबड्डी पाउंदा होया खेड मैदान के विच। इन्हां दे मापिआं वास्ते कहिंदे भी यही माण की गल है भी यह दो भरा कबड्डी खेडते हैं, एक जफे लाउंदा एक रेडा पाउंदा, एक जांदा जफे लाई दूजा जांदा रेडा कढ़ी, दुनिया के नाम बना लिया खेड के खेड कबड्डी, दुनिया के नाम बना लिया खेड 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 के कबड्डी। लाओ बिल्ला गगड़े की धरती का नौजवान पट भर गया, पॉइंट गगड़े की टीम के हिस्से जुड़ता हुआ। 7 गौडियां पाईया 7 जेडे पॉइंट प्राप्त किए अपनी टीम के लिए। आ नौजवान मइयां वाले कबड्डी कप के वकीलों वाले की टीम लई खेडिया। सामने देखता भी किस्म जो किस्मत विच लिखिया कोई खो नहीं सकता, समय तो पहला यारो कुछ हो नहीं सकता। और मैं देखना सुत्ता पिया मंजे उत्तों उठाया जदों बाप ने। उधरले बन्ने देखते हैं भी फौजी ने ठाया भी कबड्डी वकीलों वाले की टीम लई खेडनी है ते 3 बजे गया ते 3-2 घंटे मोटरसाइकिल जितया ये नौजवान खिडारी ने। ते दूसरे बन्ने कबड्डी तकीए
गगड़े दे वेड़े पैंदी हुई। इस एरिए दी मन्नी टीम है, भावें गर्मियां दी गल करिए भावें सियाल दी, ते कबड्डी बहुत तगड़ी खेड़दे है उधरले बने सेवा सिंह जी सेखो। बचाकी मल सिंह वाला नहीं मानता, हुणे पता लग जाना टीम जित्ती हारी दा, रेड मिस करना नहीं हुंदा कम खिडारी दा। उधरले बने गगड़े वाला जसू है खेड़ में डकण दी कोशिश करदा होया, ते पॉइंट रेडर दा बड़े वधिया पॉइंट दा वाधा हुंदा होया। ਕਹਿੰਦੇ ਵੀ ਭਗਤੇ ਦੀ ਟੀਮ ਦੇ ਲਈ ਚਾਲੋ ਨੌਜਵਾਨਾਂ ਲੱਖਾਂ ਧਰਮਕੋਟ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਭੱਜਿਆ ਹੋਇਆ, ਹੋਵੇ ਠੰਡ ਕੜਾਕੇ ਦੀ ਜਾਂ ਲੂਹਾ ਗਰਮੀ ਦਾ, ਕੁਝ ਕਰਨ ਦੀ ਖਾਤਰ ਡੰਡ ਬੈਠਕਾਂ ਕੱਢਣੇ ਪੈਂਦੇ ਨੇ, ਦਿਲ ਵਿੱਚ ਹੋਵੇ ਜਜ਼ਬਾ ਜੇ ਕੁਝ ਕਰਕੇ ਦੱਸਣ ਦਾ, ਸੁੱਖ ਆਰਾਮ ਨੀਂਦ ਬਿਸਤਰੇ ਛੱਡਣੇ ਪੈਂਦੇ ਨੇ, ਬਣ ਜਾਈਏ ਨਾ ਪਾਤਰ ਕਿਧਰੇ ਜੱਗ ਦੀਆਂ ਟਿਚਰਾਂ ਦੇ, ਖੋਸੇ ਕੋਟਲੇ ਵਾਲਿਆ ਝੰਡੇ ਗੱਡਣੇ ਪੈਂਦੇ ਨੇ, ਬਣ ਜਾਈਏ ਨਾ ਪਾਤਰ ਕਿਧਰੇ ਜੱਗ ਦੀਆਂ ਟਿਚਰਾਂ ਦੇ, ਖੋਸੇ ਕੋਟਲੇ ਵਾਲਿਆ ਝੰਡੇ ਗੱਡਣੇ ਪੈਂਦੇ। ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਹਰਪ੍ਰੀਤ ਸਿੰਘ ਆਪਣੀ ਟੀਮ ਦੇ ਲਈ। ਅਗਲੀ ਕਬੱਡੀ ਸ਼ਵਿੰਦਰ ਭਗਤੇ ਦੀ ਧਰਤੀ ਦਾ, ਚਾਰ ਜਾਫੀ ਗਗੜੇ ਦੀ ਧਰਤੀ ਦੇ ਟੌਪ ਦੇ ਪਲੇਅਰਾਂ ਦੇ ਨਾਲ ਲੈਸ ਟੀਮਾਂ ਨੇ ਦੋਵੇਂ, ਇੱਕ ਪਾਸੇ ਭਗਤੇ ਦੀ ਟੀਮ ਤੇ ਦੂਜੇ ਪਾਸੇ ਗਗੜਾ ਪਿੰਡ। ਕਹਿੰਦੇ ਵੀ ਕਬੱਡੀ ਦਾ ਗੜ ਮੰਨਿਆ ਗਿਆ, ਤਾਂ ਸ਼ਵਿੰਦਰ ਨੌਜਵਾਨ ਭਗਤੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਇੱਕ ਪਾਸੇ ਕਹਿੰਦੇ ਵੀ ਤਲਵੰਡੀ ਵਾਲੇ ਲਾਲੇ ਦਾ ਪੁੱਤ ਹੈ, ਦੂਜੇ ਪਾਸੇ ਬਿੱਲਾ ਦੋ ਨੰਬਰ ਤੇ ਗਿੰਦਰ ਆ ਜਾਫੀ ਨੂੰ ਬਿੱਲਾ ਆਖਦੇ ਹੈ ਕਿ ਦੁੱਧ ਦੀ ਰਾਖੀ ਬਿੱਲਾ ਬੈਠਾ ਹੱਥ ਪੈਰ ਤੇ ਮਾਰੂਗਾ, ਦੁੱਧ ਦੀ ਰਾਖੀ ਬਿੱਲਾ ਬੈਠਾ ਹੱਥ ਪੈਰ ਤੇ ਮਾਰੂਗਾ। ਕਹਿੰਦੇ ਵੀ ਜਦੋਂ ਬਿੱਲਾ ਦੁੱਧ ਪੀਂਦਾ ਉਦੋਂ ਦੁੱਖ ਨਹੀਂ ਆਉਂਦਾ, ਜਦੋਂ ਦੁੱਧ ਪੀ ਕੇ ਮੁੱਛਾਂ ਤੇ ਹੱਥ ਮਾਰਦਾ ਫਿਰ ਦੁੱਖ ਲੱਗਦਾ। ਨਾਲ ਹੀ ਕਲੀ ਪਾ ਦਿਓ ਜਿੱਥੇ ਲਾਈਨਾਂ ਵੱਧ ਪੈ ਗਈਆਂ, ਕਲੀ ਪਾ ਦਿਓ ਕਿਰਪਾ ਕਰਕੇ। ਹੈਲੋ, ਆ ਜਿਹੜੀ ਟੀਮ ਤੇ ਇਤਰਾਜ਼ ਲੱਗਾ ਉਹਨਾਂ ਦੇ ਖਿਡਾਰੀ ਸਾਨੂੰ ਆ ਕੇ ਮਿਲ ਲੈਣ। ਸ਼ੂਸ਼ਕ ਨਾ ਕੋਈ ਕੋਨੀ ਆ, ਸੁੱਖਾ ਡੀਬੀ ਆ, ਕੋਈ ਕੋਈ ਸੁੱਖਾ ਹੋਰ ਆ, ਇਹ ਸਾਨੂੰ ਚਾਰੇ ਖਿਡਾਰੀ ਆ ਕੇ ਮਿਲ ਲੈਣ, ਅਸੀਂ ਪੰਜਾਂ ਮਿੰਟਾਂ ਵਿੱਚ ਵਿੱਚ ਫੈਸਲਾ ਦੇ ਦੇਣਾ, ਇਹ ਸਾਨੂੰ ਸਾਰੇ ਆ ਕੇ ਹੁਣੇ ਮਿਲ ਲੈਣ। ਸ਼ੂਸ਼ਕ ਦੀ ਟੀਮ ਦੇ ਪਲੇਅਰ ਆ ਕੇ ਮਿਲਣ ਸਾਡੇ ਪ੍ਰਬੰਧਕਾਂ ਨੂੰ, ਜਿਹੜੇ ਸ਼ਿਕਵੇ ਸ਼ਿਕਾਇਤਾਂ ਉਹ ਦੂਰ ਕਰਨੇ ਆ। ਸ਼ੂਸ਼ਕ ਦੀ ਟੀਮ ਨੂੰ ਆਪਾਂ ਬੇਨਤੀ ਕਰਦੇ ਹਾਂ, ਲਓ ਦੇਖਦੇ ਵੀ ਗਗਨ ਗੋਗੋਵਾ ਨੇ ਪਿੰਡ ਦਾ ਨੌਜਵਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਚਾਰ ਜਾਫੀ ਕਹਿੰਦੇ ਵੀ ਸਰਕਾਰੀ ਸਕੂਲ ਦੀਆਂ ਥੰਮਾਂ ਵਰਗੇ ਹੈ, ਔਰ ਡਬਲ ਟੱਚ ਤੇ ਡਬਲ ਟੱਚ ਦਾ ਉਲਾਹਾ ਜਿਹੜਾ ਉਹ ਰੇਡਰ ਨੂੰ ਮਿਲਦਾ। ਸਾਡੇ ਸੇਵਾ ਸਿੰਘ ਜੀ ਮਚਾਕੀ ਵਾਲੇ ਕਹਿੰਦੇ ਵੀ 2 ਕਰੋੜ ਦੇ ਕਬੱਡੀ ਕੱਪ ਤੇ ਵੀ ਵਿਸਲਾ ਮਾਰੀਆਂ, ਕਹਿੰਦੇ ਵੀ ਸੁਖਬੀਰ ਸਿੰਘ ਜੀ ਬਾਦਲ ਨੇ ਵੱਡੇ ਮਾਣ ਸਨਮਾਨ ਬਖਸ਼ੇ ਇਹਨਾਂ ਰੈਫਰੀ ਵੀਰਾਂ ਨੂੰ। ਇਹ ਕਿਸ ਦੇ ਮਨ ਦੇ ਵਿੱਚ ਨਹੀਂ ਸੀ ਵਿਚਾਰ ਆਇਆ ਕਿ ਲੋਕਾਂ ਦਾ ਕਬੱਡੀ ਨਾਲ ਇੰਨਾ ਪਿਆਰ ਬਣ ਜੂ, ਮੁੱਲ ਪਾਊ ਕਬੱਡੀ ਦਾ ਲੱਖਾਂ ਤੇ ਕਰੋੜਾਂ, ਕੋਈ ਇਹੋ ਜਿਹੀ ਇੱਥੇ ਸਰਕਾਰ ਬਣ ਜੂ। ਤੇ ਖੋਸੇ ਕੋਟਲੇ ਵਾਲਿਆ ਕਿਸੇ ਨੇ ਸੋਚਿਆ ਨਹੀਂ ਸੀ ਕਿ ਟੀਵੀ ਚੈਨਲਾਂ ਦਾ ਕਬੱਡੀ ਸ਼ਿੰਗਾਰ ਬਣ ਜੂ, ਕਿ ਟੀਵੀ ਚੈਨਲਾਂ ਦਾ ਕਬੱਡੀ ਸ਼ਿੰਗਾਰ ਬਣ ਜੂ। ਅਗਲੇ ਮੈਚ ਦੀਆਂ ਟੀਮਾਂ ਵੀ ਜਿਹੜੀਆਂ ਕਿਰਪਾ ਕਰਕੇ ਤਿਆਰ ਬਰ ਤਿਆਰ ਹੈ। ਭਗਤੇ ਪਿੰਡ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ। ਚਾਰ ਜਾਫੀ ਕਹਿੰਦੇ ਵੀ ਮਾਲਵਾ ਕਬੱਡੀ ਕਲੱਬ ਦੀ ਟੀਮ ਦੇ ਹੈ, ਚਾਰੇ ਪੰਜਾਬ ਦੇ ਕਬੱਡੀ ਕੱਪਾਂ ਵਿੱਚ ਛਾਈ ਰਹਿਣ ਵਾਲੀ ਟੀਮ ਹੈ ਬਿੱਟੂ ਭਾਗਪੁਰੀਏ ਦੀ। ਲਾ ਉਧਰਲੇ ਬੰਨੇ ਸ਼ਵਿੰਦਰ ਭਗਤੇ ਦਾ ਕਬੱਡੀ ਪਾਉਂਦਾ ਹੋਇਆ ਖੜੇ ਮਾਰਨ ਥਾਪਿਆਂ ਵੀ ਤੋਚੀ ਲੱਖਾਂ ਜਵਾਰਾ ਲਾਲੀ ਕੌਣ ਹੈ ਗੱਭਰੂ ਆ ਬਿੱਲਾ ਗਗੜੇ ਦੀ ਧਰਤੀ ਦਾ ਬਹੁਤ ਹੀ ਤਕੜਾ। ਕਹਿੰਦੇ ਵੀ ਜਾਫੀ ਹੈ ਪੰਜਾਬ ਦੇ ਕਬੱਡੀ ਕੱਪਾਂ ਦਾ। ਹੈਲੋ ਬਾਈ ਮਨਦੀਪ ਸਿੰਘ ਮੰਨੇ ਡੀਪੀ ਵੱਲੋਂ ਬਿੱਲਾ ਜਿੰਨੇ ਵੀ ਜੱਫੇ ਲਾਊਗਾ ਹਰ ਇੱਕ ਜੱਫੇ ਤੇ 100 ਰੁਪਈਆ। ਇਦੂ ਅੱਗੇ ਇੰਦਗੜ੍ਹ ਵਰਸਿਸ ਵਕੀਲਾਂ ਵਾਲਾ, ਘਲ ਕਲਾਂ ਵਰਸਿਸ ਵਰੇ, ਦੱਦਾਹੂਰ ਵਰਸਿਸ ਜਿਹੜੀ ਇਤਰਾਜ਼ ਵਾਲੀ ਜੇਤੂ ਟੀਮ ਹੋਊਗੀ। ਇਹਨਾਂ ਸਾਰਾ ਟੀਮਾਂ ਨੂੰ ਬੇਨਤੀ ਆ ਕਿ ਗਰਾਊਂਡ ਦੇ ਨੇੜੇ ਰਹਿਣ। ਜਿਵੇਂ ਜਿਵੇਂ ਟੀਮਾਂ ਨੂੰ ਬੁਲਾਇਆ ਜਾ ਰਿਹਾ ਟੀਮਾਂ ਉਸੇ ਤਰ੍ਹਾਂ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ, ਔਰ ਅਗਲੇ ਮੈਚ ਵੀ ਬਹੁਤ ਤਕੜੇ ਹੋ ਜਾਣੇ ਹੈ ਕਿਉਂਕਿ ਤੀਜਾ ਰਾਊਂਡ ਜਦੋਂ ਚੱਲਿਆ ਤੇ ਨਜ਼ਾਰੇ ਵੱਖਰੇ ਹੋ ਜਾਣਗੇ। ਕਬੱਡੀ ਦਾ ਮੈਚ ਇੱਕ ਬੰਨੇ ਗੋਗਵਾਣੀ ਦੇ ਪਿੰਡ ਦੇ ਗਵਰਨੇ ਖਿਲਾਰੀਆਂ ਬਾਹਾਂ ਤੇ ਦੂਸਰੇ ਬੰਨੇ ਕਾਕਾ ਨੌਜਵਾਨ ਗਗੜੇ ਦੀ ਧਰਤੀ ਦਾ। ਸੇਵਾ ਸਿੰਘ ਜੀ ਸੇਖੋ ਮਚਾਕੀ ਵਾਲੇ ਦੱਸਦੇ ਹੈ ਵੀ ਪੁਆਇੰਟ ਜਿਹੜਾ ਗਗੜੇ ਦੀ ਟੀਮ ਦੇ ਹਿੱਸੇ ਜਾ ਜੁੜਿਆ। ਲਓ ਦੇਖਦੇ ਵੀ ਸਾਹਮਣੇ ਜਸਵੰਤ ਸਿੰਘ ਫੌਜੀ ਦੇ ਸਪੁੱਤਰ ਦੀ ਪਾਈ ਹੋਈ ਕਬੱਡੀ। ਚਾਰ ਜਾਫੀ ਆਪਾਂ ਦੇਖਦੇ ਵੀ ਭਗਤੇ ਦੀ ਧਰਤੀ ਦੇ ਹੈ, ਚਾਰਾਂ ਜਾਫੀਆਂ ਦੇ ਵਿੱਚੋਂ ਕੌਣ ਹੁਣ ਦੋ ਅੱਤ ਕਰੂ, ਕੌਣ ਡੱਕੂ ਗਗੜੇ ਵਾਲੇ ਗੋਲੂ ਨੂੰ। ਰਵਿੰਦਰ ਸਿੰਘ ਮਾਪਿਆਂ ਨੇ ਨਾਂ ਰੱਖਿਆ ਪਰ ਇਹਦੀ ਮਾਂ ਇਹਨੂੰ ਗੋਲੂ ਗੋਲੂ ਆਖ ਕੇ ਆਵਾਜ਼ਾਂ ਮਾਰਦੀ ਹੈ। ਗੋਲੂ ਗਗੜੇ ਪਿੰਡ ਦਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਸ਼ਵਿੰਦਰ ਭਗਤੇ ਵਾਲਾ ਕਹਿੰਦੇ ਵੀ ਨੌਜਵਾਨ ਮੁੱਛਫੁੱਟ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜ
ਮੁੜਕਾ ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕਾ ਚਾਰ ਜਾਫੀ ਕਹਿੰਦਾ ਵੀ ਵਿਉਂਤਬੰਦੀ ਪੂਰੀ ਬਣਾਈ ਹੋਈ ਹੈ ਕਿਹਨੇ ਪਿੱਛੇ ਹਟਣਾ ਹੈ ਕਿਹਨੇ ਦੋ ਹੱਥ ਕਰਨੇ ਹੈ ਇਹ ਤੇ ਸਮਾਂ ਦੱਸੂ ਜੰਮ ਜਾਕੀ ਵਾਲਾ ਸੇਵਾ ਸਿੰਘ ਔਰ ਦੀਨਾ ਸਾਹਿਬ ਦਾ ਕਹਿੰਦੇ ਵੀ ਸੁਖਦੇਵ ਸਿੰਘ ਫੈਸਲਾ ਦਿੰਦਾ ਹੋਇਆ ਲਾਈਨ ਟੱਚ ਹੋਈ ਹੈ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਖਾ ਨੌਜਵਾਨ ਬਿਲਕੁਲ ਪਸੀਨਾ ਪੂੰਝਦਾ ਹੋਇਆ ਤੇ ਚਾਰ ਜਾਫੀ ਉਹਨੂੰ ਸਲਾਹਾਂ ਦੇ ਵਿੱਚ ਨੇ ਇੱਕ ਪਾਸੇ ਉਹਨੂੰ ਪੜਾਣੇ ਪਿੰਡ ਵਾਲਾ ਪੂਰੀ ਟੌਪ ਦੀ ਜਾਫ ਬਣਾ ਚੁੱਕਿਆ ਉਰਲੇ ਪਾਸੇ ਦੇਖਦਾ ਵੀ ਬਠਿੰਡੇ ਵਾਲਾ ਗੱਭਰੂ ਆ ਦੋ ਨੰਬਰ ਤੋਂ ਸਾਹਮਣੇ ਦੇਖਣਾ ਵੀ ਕੇਵਲ ਬਿਲਕੁਲ ਪੁੱਠੀ ਕੈਂਚੀ ਪਾ ਚੁੱਕਿਆ ਖੇਡ ਮੈਦਾਨ ਦੇ ਵਿੱਚ ਆਪਣੇ ਦੰਦ ਚੇਨ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਹੈ ਜਦ ਪੈ ਜੇ ਪੁੱਠੀ ਕੈਂਚੀ ਤੇ ਗੱਲ ਕਸੂਤੀ ਹੁੰਦੀ ਹੈ ਦਰਸ਼ਕ ਪੂਰੇ ਖੁਸ਼ ਨੇ ਮੈਚ ਬੜਾ ਵਧੀਆ ਖੇਡਿਆ ਜਾ ਰਿਹਾ ਇਸ ਤੋਂ ਅਗਲਾ ਮੈਚ ਹੋਵੇਗਾ ਇੰਦਗੜ੍ਹ ਵਰਸੇ ਵਕੀਲਾਂ ਵਾਲਾ ਇਹ ਦੋਹੇ ਟੀਮਾਂ ਬਿਲਕੁਲ ਲਾਗੇ ਰਹਿਣ ਇੰਦਗੜ੍ਹ ਦੀ ਟੀਮ ਨੂੰ ਬੇਨਤੀ ਵੀ ਬਾਹਰਲੇ ਪਾਸੇ ਹੋ ਜਾਓ ਪਲੀਜ਼ ਬਹਿ ਜਾ ਕਰੋ ਜਿਸ ਟੀਮ ਦਾ ਮੈਚ ਹੁੰਦਾ ਉਹ ਟੀਮ ਜਿਹੜੀ ਹੈ ਪੂਰੀ ਤਿਆਰ ਰਹੇ ਸ਼ਮਿੰਦਰ ਭਾਊ ਕਬੱਡੀ ਪਾ ਰਿਹਾ ਇੱਕ ਪਾਸੇ ਤਲਵੰਡੀ ਭਾਈਵਾਲਾ ਦੁਨੀਆਂ ਦੇ ਕਹਿਰ ਦੇ ਜੱਫਿਆਂ ਦੇ ਨਾਲ ਬਿਲਕੁਲ ਇਹ ਖਿਡਾਰੀ ਦਾ ਨਾਮ ਆਉਂਦਾ ਲਓ ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਲਓ ਸਾਹਮਣੇ ਦੇਖਦੇ ਵੀ ਹੁਣ ਗੋਲੂ ਗਗੜੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਵੀ ਮੁੰਡਾ ਫਿਰੋਜ਼ਪੁਰੀ ਆ ਤੇ ਦੂਜੇ ਪਾਸੇ ਕਹਿੰਦੇ ਵੀ ਹਰਪ੍ਰੀਤ ਆ ਭਗਤੇ ਦੀ ਧਰਤੀ ਦਾ ਜੇ ਜਿਗਰੇ ਹੈਣੀ ਤਾਂ ਕੀ ਕਰਨੇ ਜਿਸਮ ਹੱਟੇ ਤੇ ਕੱਟੇ ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਰੱਟੇ ਕਾਗਜ਼ ਵੀ ਆਪ ਨਹੀਂ ਫੜਦੇ ਲਿਖ ਲਿਖ ਕੇ ਉਹਨਾਂ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਭਾਜੀ ਬਿੱਲੇ ਨੂੰ ਬੇਨਤੀ ਆ ਕਿ ਸਟੇਜ ਤੋਂ ਆ ਕੇ ਇਧਰਲੇ ਪਾਸੇ ਆਪਣਾ ਨਾਮ ਲੈ ਜੇ ਮਾਸਟਰ ਮਨਦੀਪ ਸਿੰਘ ਮੰਨੇ ਕੋਲੋਂ ਅਮਰੀਕ ਜੀ ਪਤਾ ਕਰੋ ਕਿਹੜੀ ਟੀਮ ਜਿੱਤੀ ਤੇ ਨਾਲ ਅਗਲਾ ਮੈਚ ਸ਼ੁਰੂ ਕਰਾਈਏ ਕਿ ਉਹ ਸਾਨੂੰ ਪ੍ਰੂਫ ਸਮੇਤ ਆ ਕੇ ਮਿਲਣ ਹਾਂ ਚੂਸ਼ਕ ਵਾਲਿਆਂ ਨੂੰ ਮੇਰੀ ਰਿਕੁਐਸਟ ਹੈ ਮੇਰੀ ਬੇਨਤੀ ਹੈ ਕਿ ਉਹ ਸਾਨੂੰ ਆ ਕੇ ਪ੍ਰੂਫ ਸਮੇਤ ਮਿਲਣ ਨਹੀਂ ਅਸੀਂ ਪੰਜਾਂ ਮਿੰਟਾਂ ਦਾ ਫੈਸਲਾ ਦੇ ਦੇ ਹੈਲੋ ਅਗਲਾ ਮੈਚ ਖੇਡ ਮੈਦਾਨ ਦੇ ਵਿੱਚ ਇੰਦਗੜ੍ਹ ਵਰਸੇ ਵਕੀਲਾਂ ਵਾਲਾ ਇਹਨਾਂ ਦੋਹਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਹੈਲੋ ਬਾਈ ਬਿੱਲੇ ਨੂੰ ਬੇਨਤੀ ਆ ਕਿ ਇਸ ਸਟੇਜ ਤੋਂ ਆ ਕੇ ਆਪਣਾ ਨਾਮ ਲੈ ਜੇ ਕਿਹੜੀ ਟੀਮ ਜੇਤੂ ਆ ਜੀ ਦੋਹੇ ਟੀਮਾਂ ਸੈਂਟਰ ਲਾਈਨ ਤੇ ਆ ਜਾਣ ਮੈਚ ਬਹੁਤ ਹੀ ਤਕੜਾ ਹੁਣ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਜਿੰਨੀਆਂ ਟੀਮਾਂ ਪੁੱਜੀਆਂ ਸਾਰੀਆਂ ਬੜੇ ਵਧੀਆ ਵਧੀਆ ਖਿਡਾਰੀ ਲੈ ਕੇ ਪੁੱਜੀਆਂ ਟੀਮਾਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਪੂਰੇ ਪਿੰਡ ਵੱਲੋਂ ਜਿੰਨੇ ਪੁੱਜੇ ਖਿਡਾਰੀ ਦਰਸ਼ਕ ਵੀਰ ਮਨਾਮੇ ਦੇ ਕਬੱਡੀ ਦੇ ਮਹਾਂਕੁੰਭ ਦੇ ਵਿੱਚ ਸਭ ਆਏ ਹੋਏ ਦਰਸ਼ਕ ਵੀਰਾਂ ਦਾ ਖਿਡਾਰੀ ਵੀਰਾਂ ਦਾ ਵਿਦੇਸ਼ਾਂ ਦੇ ਵਿੱਚ ਬੈਠੇ ਵੀਰ ਜਿਹੜੇ ਪੰਜਾਬ ਲਾਈਵ ਵਨ ਦੇ ਰਾਹੀਂ ਇਸ ਕਬੱਡੀ ਦਾ ਲੁਤਫ ਲੈ ਰਹੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਔਰ ਮੁਬਾਰਕਬਾਦ ਦੇ ਰਹੇ ਨੇ ਪੂਰੇ ਪਿੰਡ ਨੂੰ ਲਓ ਇੱਕ ਪਾਸੇ ਹੁਣ ਇੰਦਗੜ੍ਹ ਦੀ ਧਰਤੀ ਹੈ ਫੱਕਰਾਂ ਦੀ ਧਰਤੀ ਹੈ ਫਕੀਰਾਂ ਦੀ ਧਰਤੀ ਹੈ ਦੂਸਰੇ ਪਾਸੇ ਵਕੀਲਾਂ ਵਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਮੰਝਾਂ ਵਾਲੇ ਦੇ ਕਬੱਡੀ ਕੱਪ ਦਾ ਪਹਿਲੇ ਨੰਬਰ ਤੇ ਆਉਣ ਵਾਲਾ ਪਿੰਡ ਵਕੀਲਾਂ ਵਾਲਾ ਬਾਈ ਜਿਹੜੀ ਟੀਮ ਦਾ ਨਹੀਂ ਮੈਚ ਆ ਪਲੀਜ਼ ਉਹ ਗਰਾਊਂਡ ਦੇ ਵਿੱਚ ਨਾ ਆਵੇ ਬੇਨਤੀ ਆ ਉਹਨਾਂ ਨੂੰ ਟੂਰਨਾਮੈਂਟ ਦੇ ਜਿਹੜੇ ਪ੍ਰਬੰਧਕ ਵੱਡੀ ਸਟੇਜ ਤੇ ਬੈਠੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਅਸੀਂ ਲੈ ਕੇ ਭੇਜਿਆ ਵੀ ਜਿਹੜੀਆਂ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਖੇਡੀਆਂ ਕਿਰਾਇਆ ਲੈਣ ਆ ਰਹੀਆਂ ਪਲੀਜ਼ ਕਿਰਪਾ ਕਰਕੇ ਉਹਨਾਂ ਨੂੰ ਕਿਰਾਇਆ ਨਹੀਂ ਦਿੱਤਾ ਜਾਣਾ ਚਾਹੀਦਾ ਉਹ ਅਸੀਂ ਲੈ ਕੇ ਵੀ ਭੇਜ ਚੁੱਕੇ ਹਾਂ ਕੋਈ ਤੁਹਾਡੇ ਕੋਲ ਆਉਂਦਾ ਜੇ ਕਿਸੇ ਨੂੰ ਕੋਈ ਕਿਰਾਇਆ ਦੇਣਾ ਤੇ ਸਾਨੂੰ ਪੁੱਛ ਕੇ ਦੇਣਾ ਜੀ ਤੁਸੀਂ ਬੜੀ ਮਿਹਰਬਾਨੀ ਆ ਜੀ ਕਿਰਪਾ ਕਰਕੇ ਪਿਛਲੇ ਮੈਚ ਦਾ ਵੇਰਵਾ ਦੇ ਦਿੱਤਾ ਜਾਵੇ ਸਾਡੇ ਪੁਆਇੰਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਕਿਹੜੀ ਟੀਮ ਪਿਛਲੇ ਮੈਚ ਦੀ ਜੇਤੂ ਟੀਮ ਰਹੀ ਹੈ ਗਗੜਾ ਜਿੱਤਿਆ ਗਗੜਾ ਜੀ ਬਹੁਤ ਮਿਹਰਬਾਨੀ ਹੈ ਮੰਨੇ ਵੀਰ ਗਗੜਾ ਜੇਤੂ ਰਿਹਾ ਪਿਛਲੇ ਮੈਚ ਦੇ ਵਿੱਚੋਂ ਬਹੁਤ ਹੀ ਤਕੜਾ ਮੈਚ ਤੱਕਾਂਗੇ ਇੱਕ ਬੰਨੇ ਜਿਹੜੀ ਵਕੀਲਾਂ ਵਾਲੀ ਦੀ ਟੀਮ ਹੈ ਖੇਤਾਂ ਵਾਲੀ ਸਾਈਡ ਪੁੱਜ ਚੁੱਕੀ ਹੈ
दूसरे बन्ने पिंड इंदगढ़ की धरती झोली भर दी मरादा नाल तेरी ते एक बारी वेख मंग के मुंडा खोसे गुरल की धरती का निरपै सिंह कबड्डी पांद लई वधिया होया खेड मैदान विच सुखा ते निरपै कनेडा कट्ठे रहे है। उधरले बन्ने देखते भी कबड्डी जिहड़ी नौजवान गभरू ने पाई है वकीलां वाले की धरती का वह सोनी पहली कबड्डी के उपर बहुत तकड़ा बाज वाली झट मार के कैंची लाउंदा भारी कि सिर कट जाफी नूं दुनिया जानदी सारी सारी दुनिया जानदी इस जाफी नूं। उधरले बन्ने कबड्डी मखण दी है खा के मखण मलाइया लोहा करिया शरीर किवें लंघ जूगा कह के जिथे खिचती लखीर होइए टस तो ना मस कि जिथे फाने वांगू अड़ जाने हैं हिक विच जोर इन्हां दित्ता रब ने जिथे खड़ गए पहाड़ बन अड़ जाने हैं। कबड्डी मखण दी है बाजी जगराज सिंह नंबरदार वालों मखण दी रेट ते 100 रुपया है। कबड्डी उधरले बने सरदार सूबा सिंह जी उधरले बने गिल साहब पुजे है मुंडा नीला कहिंदे है नौजवान गभरू श्रोमणी कमेटी की टीम लई खेडदा पंजाब दे कबड्डी कप वाह ओ नौजवाना चिट्टा रुमाल बनिया होया है ते पाड़ जिहड़ा गुरमुख सिंह जी सोढी वाले दा फैसला है भी खेड मैदान विच अंक जिहड़ा ये इंदगढ़ की टीम दे हिस्से है। मुंडा गाँवदा भी बड़ा सोहना है सतिंदर सरताज के जिहड़े गीत है किथे दुपहरा कटिए और बाबे बुल्ले दे पंजाब दी ये जटिए बाबे बुल्ले दे पंजाब दी ये जटिए सुरेंद्र सरताज के जिहड़े गाने बहुत सोहने गाँवदा। उधरले बन्ने कबड्डी कपूरियां वाले की है एक बन्ने वकीलों वाले की धरती का सुखा कहिंदे भी बाज वाली झट मारदा अगली कबड्डी तूतां दे रूपे की लो सामने देखते भी हूँ रूपा तूतां दी धरती का कबड्डी पाउण दे लई वधिया होया एक पासे कहिंदे भी इंदगढ़ दे गिल परिवार दा इकबाल सिंह है दूजे पासे नीला कहिंदे पाकिस्तान खेडिया है लो देखते आ नौजवान कहिंदे भी इकबाल है इंदगढ़ दे गिल परिवार दा 2010 दा समां याद है दुनिया नूं जदों कहिंदे भी अंबी ठूर इंटरनेशनल कबड्डी क्लब कैलगरी दी टीम लई खेडिया कनेडा दे खेड मैदानां दे विच लो निरपै खोसे कोटले पिंड दा कबड्डी पाउण दे लई वधिया होया वकीलां वाले दे सोनी दे नाल वर्गा हल्का टच ते पॉइंट जिहड़ा खोसे कोटले वाला निरपै इंदगढ़ दी टीम लई जोड़दा होया अगली कबड्डी मखण दी खेड मैदान विच फिर तकदे आ बैजी जगराज सिंह नंबरदार वालों फिर जिहड़ा मखण नूं जफा लाऊगा उहनूं 100 रुपया नाल 100 रुपये दे आदर सत्कार दित्ते जाणे आ जिहड़ा मखण मक्खी वाले नूं जफा ला देवे नाम मखण है पिंड मक्खी कला दो मक्खियां मशहूर है माझे दीआं इक बन्ने नीला लोकी कहिंदे आ खेड मैदान विच हल्का जिहा हाथ लाया उधरले बन्ने दो पैर घट तुरना पर तुरना मड़क दे नाल कि दो पैर घट तुरना मुंडे विच मड़क बहुत है अगली कबड्डी कपूरियां दे गेजी दी है खेड मैदान विच दे पाउण दे लई वधिया होया नौजवान इटली विच फ्रांस अमरीका झंडी गड्डी है होर खेड नहीं मित्रों ये मां खेड कबड्डी है आओ गुलामी पिंड वालिया पा नौजवाना अगली कबड्डी लो सामने देखते भी कहते मथे का पसीना एक पासे कर दिता इस नौजवान खिडारी ने देखते भी रूपा तूतां दी धरती का कबड्डी पाउण दे लई वधिया होया खेड मैदान दे विच हुण चार जाफियां दे विचों कौन रखू ते समय ने दसना है चार जाफी कहते भी पूरी व्यौतबंदी नाल पिछे नूं हटते जा रहे ने लो सामने आपां देखते भी इकबाल सिंह गिल ग्यारहवीं वाली सच्ची सरकार की धरती आ पिंड इंदगढ़ ते इंदगढ़ की धरती का इकबाल सिंह गिल तकड़ा जफा लाउंदा होया कि रब बनिया संगलां दे नाल फकर आण छुड़ावे ते फकर दा बनिया धागे दे नाल रब भी खोल ना पावे फकर दा बनिया धागे दे नाल रब भी खोल ना पावे निरपै खोसे कोटले पिंड दा कबड्डी पौड़ा होया सामने वकीलां वाले पिंड दे कहिंदे नी बलविंदर सिंह सरां दा पुत है जिहने वधिया कोशिश कीती है ते पॉइंट जिहड़ा वकीलां वाले दी टीम दे बहुत सुचजे ढंग नाल जिहड़ा फैसला लिया है दुनिया दा वर्ल्ड कबड्डी कप जो करवाया तो दो बारी वर्ल्ड कबड्डी कप के अपन सेवावान दतिया बतौर ऑफिशियल वीर है सेवा सिंह जी मचाकी वाला फैसले अटल करता है मखण की पाई हुई कबड्डी माझे की धरती का नौजवान कबड्डी पाँदा होया खेड मैदान विच हर वे बाबला हर वे मेरा माझे साकना कर वे उतों के जट बुरे सुनी दे ऊठा पाँदे खड़वे अद्धी रात को ऊठल दें दे मैनू कली आता डर वे थोड़ा कमला टोला मैनू कमली देगा कर वे मेरा उड्डे डोरिया महलां वाले घर वे लोग बोलियां विच माझा मशहूर है भावें सिख इतिहास की गल करिए भावें कुरबानिया की गल करिए ला उतरले बने कबड्डी कपूरियां दे अंग्रेज ने पाई है एक अंग्रेज अड़ैंचा लो सामने आपां देखांगे भी हुण नौजवान रूपा तूतां दी धरती दा कबड्डी पाउण दे लई वधिया होया इस वेले खेड मैदान दे विच
चार जाफी कहते भी एक पासे इकबाल सिंह और दूजे पासे कहते भी नीला नाल शिंदर ते नाल रूपा इंदगढ़ पिंड का लो हल्का टच से पॉइंट जरा देखा वकीलों वाले की टीम के हिस्से जुड़ता हुआ खेड मैदान के लाओ सामने एक बंदे नीले नू हाथ लगाए भी नौजवान ननकाना साहब की धरती से नतमस होया पावे गल सियालकोट की पावे गल रावलपिंडी की दुनिया के जेडे छे कबड्डी के खेड मेले खेडे पाकिस्तान की धरती से गगन जोगेवालिया ना लाडी विजोले पिंड का वो जेडे दो मोटरसाइकिल जितते है हजे भी बाघा बार्डर से खड़े है वाह नौजवान जो कागज कार्रवाई पूरी होगी वो मोटरसाइकिल पंजाब आ जाने है उधरले बने एक पूरिया वाला धूड़ा पट हंधे वाल परदा होया चल भी मखणा नौजवान पा कबड्डी खेड मैदान अगली कबड्डी मखण की वरिया की टीम यार आई है मैं पहला बेनती की तुम वेट मादरी खड़ना है परले बने चले जाओ जी लो सामने आप देखते भी मखण संधु मखी गलों वाला नौजवान कबड्डी पाने के लिए खेड वाधा होया खेड मैदान के कहते भी मिडवे की खेड कल कबड्डी क्लब वालों इंग्लैंड खेडे है लो सामने देखते भी हूँ मखण संधु माझे वाला बड़े वधिया पॉइंट का वाधा करता हुआ जेडी एरिए ने कहते भी पद्म श्री करतार सिंह जन्म दिता है महेंद्र सिंह ममणके ने जन्म लिया सुभरामा का जोता खेडे है राणा चाहां का कृपाला साहब खेडे उस एरिए का लो सामने नौजवान निरपै खोसे कोटले पिंड का बड़े वधिया पॉइंट का वाधा करता हुआ अपनी टीम के लिए अगली कबड्डी रूपा तूतों की धरती का रूप दुनिया का महान खिलाड़ी तूत पिंड दे नाल मशहूर होया चल भी नौजवान उधरले बन्ने इंदगढ़ का इकबाल भी पूरी तैयारी विच खड़ा है नाल नीला मेरे भी उधरले बन्ने बहुत सोहना पॉइंट जिहड़ा रूपे ने लिया अपनी टीम दे लई चल भी खोसे कोटले पिंड वाले आ पा नौजवान कबड्डी बुलट मिलिया लंडे के कबड्डी कप के उपर एक बार मां खेड कबड्डी के जरिए कनेडा की धरती से शैर कर रहे हैं खेड आया कबड्डी नौजवान उधरले बने कबड्डी जी बहुत तगड़ी खेडी जा रही है चार जाफी ने एक बने बसंत पुलसिया उधरले बने आसान जहा जो पॉइंट है अपनी टीम के हिस्से जोड़ दिता है अद्धे पॉइंट से जी जित हार होनी इस मैच की चल भी नौजवाना मखना पा कबड्डी लो मखण संधु नौजवान कहते भी कबड्डी पाने के लिए वध्या होया खेड मैदान के हुण देखांगे एक पासे कहते भी इंदगढ़ वाले बगीचे ने चाचे का पोता शिंदर इंदगढ़ की धरती का दूजे पासे रूपा और देखते भी नाल नीला हल्का टच फुल वर्गा गुरमुख सिंह सोढ़ी वाले पिंड का इशारा करता हुआ भी पॉइंट जिहड़ा मखण संधु मखी कलां वाले दे हिस्से जुड़ता हुआ लो देखांगे अगली कबड्डी कहते भी मापिया ने ना अमरजीत सिंह रखी है पर लोकी गेजी आखते हैं लो गेजी कपूर है पिंड वाला नौजवान कबड्डी पाता हुआ चार जाफी है एक पासे कहते भी आ नौजवान सोनी है वकीलों वाला पिंड है साधु सिंह बराड़ ने कबड्डी की गुड़ती दी है कबड्डी दिया मत्तां दित्तियां ने लो सामने बड़िंगवाल पै गया ते फस गया तंदूर च बिल्ला गल एक सूती बन गई सारे राह बंद कर दिते भी भाजो नौजवान किधर दी भजदा है पॉइंट जिहड़ा वकीलों वाले पिंड का सोनी अपनी टीम लई जोड़ता हुआ एक अड्डे पॉइंट से जी जित हार होगी इस मैच की कि कुंडिया के सिंह फस गए कोई नित्रू बड़ेवे खाणी कि कुंडिया के सिंह फस गए कुंडिया के सिंह फसे हुए है कि ने नित्रना है उधरले बने कबड्डी रूपे की है चार जाफी पूरे तैयार बार तैयार खड़े ने खड़े मारन थापियां भी तोची लखा जवारा लाली लोकी गल्लां करन खड़े महिमा मंदर मुड़ना खाली और कबड्डी पूरे जोर दी है नहीं रीसा नौजवाना ये गुरमुख सिंह जी सोढ़ी वाली का फैसला भी पॉइंट किस नौजवान के हिस्से विच होगा पॉइंट जिहड़ा जोड़िया बिल्कुल इंदगढ़ की टीम के हिस्से लो सामने देखते भी हूँ निरपै सिंह खोसे कोटले पिंड का वकीलों वाले सुखे ने की है कोशिश तो पॉइंट जिहड़ा खोसे कोटले निरपै सिंह के हिस्से जुड़ता हुआ एक कहते भी सैदोवाल पूरी दुनिया भर के मशहूर है और मखण कहते भी चिड़क वाला पहला कबड्डी खेडी तो कहते दुनिया लुटी हुण कोचिंग सेवावां दिंदा तो आ मखण संधु देखते भी मझ का मजायल कबड्डी पाने के लिए वध्या होया खेड मैदान के चार जाफी है कि वारी वरसी खटन गया सी खट के लियांदी फटी गुलाबू निक्का जिहा मैं माझे दी जट्टी गुलाबू निक्का जिहा मैं माझे दी जट्टी गुलाबू निक्का जिहा मखण संधु बाबा देख प्लीज आ जिहड़ी चूचक दी टीम सीगी उहदे बारे डिसीजन असीं लै चुके हां जे उह खिडारी धोनी ते इतराज करदे आ ते सुखे ने सानूं इह गल कहती आ वी असीं सौ खाने आ ठीक है जी अज इतना ही साड़ी टीम नहीं कटी गई असी दो मिनटों के जेदा चूचका दूजे ने आपोजिशन टीम ने सौ लेनी तो लै सकते हैं नहीं क्लीयर कर लगे हैं बस बार बार फैसला मेरे को ना सुनाया जरा ना मैं सुना
ਇਹਨਾਂ ਦਾ ਲੇਖਾ ਜੋਖਾ ਦੱਸਿਓ ਜੀ, ਕੌਣ ਜਿੱਤਿਆ ਇਸ ਮੈਚ ਦੀ ਵਿਨਰ ਟੀਮ ਜਿਹੜੀ ਐਲਾਨ ਕਰ ਦਿੱਤੀ ਜਾਵੇ ਪੁਆਇੰਟਾਂ ਵਾਲੇ ਵੀਰ ਨੂੰ ਬੇਨਤੀ ਦੱਸਿਓ ਜੀ। ਐਂਦਗੜ੍ਹ ਦੀ ਟੀਮ ਜੇਤੂ ਆ ਮੰਨੇ ਵੀਰ, ਐਂਦਗੜ੍ਹ ਦੀ ਟੀਮ ਜੇਤੂ ਲਿਖ ਲਓ ਜੀ। ਠੀਕ ਆ ਜੀ, ਅਗਲੀ ਟੀਮ ਦਾ ਜਿਹੜਾ ਮੈਚ ਆ ਨਾਲ ਹੀ ਸਟਾਰਟ ਕਰਾ ਦਿਓ ਜੀ, ਆਪਣੇ ਕੋਲੇ ਟਾਈਮ ਥੋੜਾ ਘੱਟ ਆ ਤੇ ਆਪਣੇ ਕੋਲੇ ਮੈਚ ਜ਼ਿਆਦਾ ਨੇ। ਆਪਾਂ ਜਲਦ ਇਸ ਮੈਚ ਦੀ ਸ਼ੁਰੂਆਤ ਕਰਾਂਗੇ। ਬਚਾਕੀ ਵਾਲਿਆ ਵਿਸਲ ਮਾਰ, ਕਿਉਂਕਿ ਸਮਾਂ ਜਿਹੜਾ ਕਾਫੀ ਹੋ ਚੁੱਕਿਆ, ਇਹਨਾਂ ਦਾ ਮੈਚ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ। ਵਰੇ ਤੇ ਘੱਲ ਬੜਾ ਵਧੀਆ ਮੈਚ ਖੇਡਿਆ ਜਾਣਾ, ਵਰੇ ਵਰਸ ਜੀ ਘੱਲ ਬੜਾ ਵਧੀਆ ਮੈਚ ਖੇਡਿਆ ਜਾਣਾ। ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਬਲਵਿੰਦਰ ਸਿੰਘ ਜੀ, ਵੀਡੀਓ ਸਾਡੇ ਸਤਿਕਾਰਯੋਗ ਜੱਗਾ ਸਿੰਘ ਜੀ, ਉਮਰੀਆਣੇ ਦੇ ਬੂਟੇ ਦੇ ਲਈ, ਦੁਨੀਆ ਦੇ ਮਹਾਨ ਬੁਲਾਰੇ ਦੇ ਲਈ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ, ਆਪਾਂ ਧੰਨਵਾਦ ਕਰਦੇ ਹਾਂ। ਬੂਟੇ ਨੂੰ ਵੀ ਮੁਬਾਰਕਬਾਦ ਹੈ, ਅੱਜ ਕਹਿੰਦੇ ਵੀ ਵੱਡੇ ਮਾਣ ਸਨਮਾਨ ਹੋਣੇ ਆ ਮੋਟਰਸਾਈਕਲ ਦੇ ਨਾਲ। ਸਾਡੇ ਬਲਵਿੰਦਰ ਸਿੰਘ ਜੀ ਵੀਡੀਓ, ਨਾਲ ਸਾਡੇ ਸਤਿਕਾਰਯੋਗ ਜੱਗਾ ਸਿੰਘ ਜੀ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਆ ਜਿਹਨਾਂ ਨੇ ਮਾਂ ਖੇਡ ਕਬੱਡੀ ਦੇ ਮਹਾਨ ਬੁਲਾਰੇ ਦਾ ਅੱਜ ਮੁੱਲ ਪਾਇਆ ਇਸ ਧਰਤੀ 'ਤੇ। ਜਿਵੇਂ ਪਿਛਲੇ ਸਾਲ ਸ਼ੁਸ਼ਕ ਦੇ ਸੁੱਖੇ ਨੂੰ ਬੁਲਟ ਮੋਟਰਸਾਈਕਲ ਦਿੱਤਾ ਸੀ ਹੇਮਕੁੰਟ ਟਰਾਂਸਪੋਰਟ ਵਾਲਿਆਂ ਨੇ, ਔਰ ਐਤਕੀ ਦੇ ਸਾਲ ਉਮਰੀਆਣੇ ਦੇ ਬੂਟੇ ਨੂੰ। ਬਲਵਿੰਦਰ ਸਿੰਘ ਜੀ ਵੀਡੀਓ, ਜੱਗਾ ਸਿੰਘ ਜੀ ਸਾਡੇ। ਹਾਂਜੀ ਬਾਈ ਜੀ, ਵੇਟਰ ਵੀਰ ਨੂੰ ਬੇਨਤੀ ਆ ਵੀ ਛੋਟੀ ਸਟੇਜ ਤੇ ਚਾਹ ਤੇ ਪਾਣੀ ਭੇਜਦਾ ਕਰ ਦੋ ਜੀ, ਬਹੁਤ ਬਹੁਤ ਮਿਹਰਬਾਨੀ ਹੋਊ ਜੋ ਲਿਆਓਗੇ ਤਾਂ। ਪਰਮਜੀਤ ਸਿੰਘ ਜੀ ਮੈਚ ਸ਼ੁਰੂ ਕਰਵਾ ਦਿਓ, ਮੈਚ ਜਲਦੀ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ। ਕੱਲ ਕਲਾਂ ਵਰਸ ਜੀ, ਰੈਫਰੀ ਸਾਹਿਬਾਨ ਬੇਨਤੀ ਆ ਵੀ ਆ ਮੈਚ ਦਾ ਕੀ ਹੋਇਆ ਯਾਰ, ਕੱਟ ਕਦੋਂ ਕੀਤਾ, ਜਿਹੜਾ ਰੌਲਾ ਹੈਗਾ ਬਾਹਰ ਜਾ ਕੇ ਨਿਬੇੜ ਲਓ ਆਪਦਾ। ਬਾਈ ਜੀ ਮੈਚ ਸ਼ੁਰੂ ਕਰਾਓ ਜਲਦੀ ਆ ਵੀ ਆਪਾਂ ਨੂੰ ਹਨੇਰਾ ਹੋ ਜਾਣਾ ਮੁੜ ਕੇ। ਮੈਚ ਸ਼ੁਰੂ ਕਰਵਾ ਦਿਓ ਜੀ ਕਿਰਪਾ ਕਰਕੇ, ਮੈਚ ਸ਼ੁਰੂ ਕਰਵਾ ਦਿਓ। ਟੀਮ ਦੀ ਪ੍ਰੋਬਲਮ ਆ, ਪਲੀਜ਼ ਬਾਹਰ ਹੋ ਕੇ ਕਰ ਲਓ ਆਪਦੀ ਪ੍ਰੋਬਲਮ ਸੋਲੋ। ਹੈਲੋ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਆ ਪਲੀਜ਼ ਮੈਚ ਸ਼ੁਰੂ ਕਰਾਓ। ਲਓ ਦੇਖਦੇ ਵੀ ਸਾਹਮਣੇ ਨੌਜਵਾਨ ਕਹਿੰਦੇ ਵੀ ਅੰਮ੍ਰਿਤਸਰੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਜੇ ਕਹਿੰਦੇ ਵੀ ਕਿਤੇ ਅੰਮ੍ਰਿਤਸਰ ਸਾਹਿਬ ਜੇ ਠੇਠ ਪੰਜਾਬੀ ਦੇ ਵਿੱਚ ਆਖੀਏ ਤੇ ਅੰਮ੍ਰਿਤਸਰ, ਮੁੰਡਾ ਅੰਮ੍ਰਿਤਸਰੀਆ ਕਹਿੰਦੇ ਵੀ ਮੱਘਾ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਘੱਲਾਂ ਦੀ ਟੀਮ ਦੇ ਲਈ। ਹੈਲੋ ਬਾਈ ਜੀ, ਐਂਦਗੜ੍ਹ ਤੇ ਵਕੀਲਾਂ ਚੋਂ ਕਿਹੜੀ ਟੀਮ ਜੇਤੂ ਆ ਸਾਨੂੰ ਅਨਾਊਂਸ ਨਹੀਂ ਕੀਤਾ ਤੁਸੀਂ? ਐਂਦਗੜ੍ਹ ਜੇਤੂ ਆ, ਤਾਰੀ ਕੋਚ ਜੀ ਕਹਿੰਦੇ ਐਂਦਗੜ੍ਹ ਦੀ ਟੀਮ ਜੇਤੂ ਆ ਜੀ, ਤੁਸੀਂ ਨੋਟ ਕਰ ਲਓ। ਬਸ ਠੀਕ ਠੀਕ ਹੈ ਜੀ। ਲਓ ਸਾਹਮਣੇ ਦੇਖਦੇ ਵੀ ਵਰੇ ਪਿੰਡ ਕਹਿੰਦੇ ਵੀ ਜੀਤ ਭਲਵਾਨ ਦਾ ਪਿੰਡ ਹੈ, ਪੂਰਨ ਭਲਵਾਨ ਦਾ ਪਿੰਡ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਵਰਿਆਂ ਵਾਲਾ ਕਬੱਡੀ ਪਾਉਂਦਾ ਹੋਇਆ, ਤੇ ਆਹ ਸਾਹਮਣੇ ਅਮਨਦੀਪ ਸਿੰਘ ਅੰਬੂ ਕਹਿੰਦੇ ਵੀ ਬਾਰੇ ਵਾਲੇ ਪਿੰਡ ਦਾ ਜਥੇਦਾਰ ਹਾਕਮ ਸਿੰਘ ਟੋਨਾ ਮਾਣ ਮਹਿਸੂਸ ਕਰਦਾ ਇਸ ਨੌਜਵਾਨ ਕਬੱਡੀ ਖਿਡਾਰੀ ਤੇ, ਔਰ ਕਹਿੰਦੇ ਵੀ ਤਖਤੂਪੁਰ ਦਾ ਸੁੱਖਾ ਧਾਲੀਵਾਲ ਸੈਂਡੀ ਮਾਨ ਜੀਵਨ ਟਮਾਣੇ ਹੋਣੀ ਮਾਣ ਮਹਿਸੂਸ ਕਰਦੇ ਆ, ਕਿਉਂਕਿ ਆਜ਼ਾਦ ਕਬੱਡੀ ਕਲੱਬ ਐਡਵੈਂਟਨ ਦੀ ਟੀਮ ਲਈ ਖੇਡਦਾ, ਘੱਲਾਂ ਦੀ ਟੀਮ ਲਈ ਖੇਡਦਾ ਰਵੀ ਝਾਂਡਿਆਂ ਨੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਦੀਪਾ ਵਰਿਆਂ ਵਾਲਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਗੁਰਪ੍ਰੀਤ ਬੜੈਂਗ ਦੀ ਟੀਮ ਲਈ ਖੇਡਿਆ, ਔਰ ਪੁਆਇੰਟ ਰਵੀ ਝਾਂਡਿਆਂ ਨੇ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ। ਲਓ ਅਗਲੀ ਕਬੱਡੀ, ਸਾਡੀ ਟੈਕਨੀਕਲ ਕਮੇਟੀ ਨੂੰ ਬੇਨਤੀ ਆ ਕਿ ਇਹਦੂ ਅਗਲਾ ਮੈਚ ਦੱਦਾ ਹੂਰ ਵਰਸਸ ਜਿਹੜੀ ਪਹਿਲਾਂ ਇਤਰਾਜ਼ ਵਾਲੀ ਟੀਮ ਆ, ਉਹਨਾਂ ਦੋਵਾਂ ਚੋਂ ਇੱਕ ਮੈਚ ਉਹਨਾਂ ਨਾਲ ਹੋਣਾ ਹੀ,
कृपा करके छेती फैसला करके दसो कि तू अगला मैच दद्दा हूर नाल किस टीम का होगा, क्योंकि मैच तो बाद उन्होंने मैच आ गया जी। जल्दी तो जल्दी फैसला किया जाए। खेड मैदान दे विच बहुत ही सोहना मैच खेडिया जा रहा है। एक पासे देखना भी मंगल सिंह घल कलां दा बहुत वधिया उद्यम दा जाफी है कि उद्यम दे नाल खेड कबड्डी मान वधूगा तेरा ला मान वधदे ने इन्हां खिडारियां दे। अगली कबड्डी खेड मैदान दे विच ला माझे दा भजाल सामने पाउण दे लई तैयारी करदा होया आओ सामने डौले ते तवीत काला कछा चिट्टियां धारियां हुण चार जाफियां दे विचों दीपिया तैयारी खिचला नौजवाना सामने दो नंबर तो नौजवान ने कोशिश कीती है। आओ सामने नौजवान बिल्कुल मंजिल तय करदा होया दद्दा हूर दे नाल मैच जिस टीम का होना है वह टूरनामेंट कमेटी अनाउंस कर दे फिर आपां दसांगे किहड़ी टीम ग्राउंड दे विच आवेगी दद्दा हूर दा इस तों अगला मैच खेडिया जाएगा। लाइक पासे देखना भी नौजवान पूरी तैयारी दे विच है कि हथ घुट के फर लैवे अजे साडी उम्र नहीं आ रही मैं सुनिया मेले चो विछड़ के कई रूहां दे हाणे कबड्डी रवि ने भदती है खेड मैदान दे विच है। जी जगबाणी दे पत्रकार कालड़ा साहब साडे विच पहुंचे हैं स्टेज ते पहुंच रहे हैं इन्हां नूं एक अवतार सिंह नाल मिलाया जावे। इन्हां ने लंबे केस सुंदर लिखाई ते जिहड़ी 60 साल बजुर्गों के दौड़ां दे अपने करवाए आ मुकाबले उन्हां दी अखबार दे विच ऐड देणी आ जी। नाल ही साडे सत्कारयोग निर्मल सिंह जी कालड़ा जगबाणी तों पुज्जे आ कहिंदे वी घर नूं कल नूं घर घर दे विच तस्वीर जाणी है अखबारां दे जरिए पता लग जाणा है मनावे दे कबड्डी कप दीआं गल्लां होणीआं पूरे पंजाब दे विच पूरी दुनिया भर दे विच। लाओ देखदे वी वरियां वाला नौजवान कबड्डी पाउंदा होइआ खेड मैदान दे विच ते सामणे कहिंदे वी तारी घल्लां वाला नौजवान ला तकड़ा जफा बल्ले बल्ले करवाउण दी कोशिश करदा होइआ खेड मैदान दे विच कि बड़ा कुछ सिखण नूं मिलदा इधरों उधरों तुर फिर के मंजिल तक कछू वी पहुंच जांदा हौली हौली रिड़ रिड़ के हौसले नाल ही खरगोशां नूं वगारना पैंदा है जे जिंदगी विच कुछ करना होवे ते मन नूं मारना पैंदा है जे जिंदगी विच कुछ करना होवे ते मन नूं मारना पैंदा है। वरियां दी धरती दे चार जाफी ने एक पासे कहिंदे वी आ नौजवान जगतार सिंह है जिहने कहिंदे वी जफा लाउण दी बड़ी वधिया कोशिश कीती होई है लाओ सामणे देखदे वी पुश ते पुश कीता जा रिहा है ते जिहड़ा पॉइंट जाफियां ने उसे है वरियां दी टीम दे उसे अंक दा वाधा हुंदा होइआ। लाओ सामणे खेड मैदान दे विच फिर पैंदी होई कबड्डी नाल साडे विच निर्मल कालड़ा जी जगबाणी दे लई ਪ੍ਰਵੀਨ ਬੱਬੀ ਜੀ ਨਵੇਂ ਜਵਾਨੀ ਦੇ ਲਈ। ਹੈਲੋ ਹੈਲੋ ਜੀ ਪਰਮਜੀਤ ਸਿੰਘ ਬਲਵੀਰ ਸਿੰਘ ਅਵਤਾਰ ਸਿੰਘ ਤਾਰੀ ਕੋਚ ਕਬੱਡੀ ਤਿੰਨਾਂ ਨੂੰ ਬੇਨਤੀ ਕਰਦੇ ਆ ਇਹਨਾਂ ਕੋਲ ਬਲਵਿੰਦਰ ਸਿੰਘ ਸਰਪੰਚ ਪਰਮਿੰਦਰ ਸਿੰਘ ਤੇ ਅਮਰਜੀਤ ਸਿੰਘ 6 ਆ ਰਹੇ ਗਏ ਟੈਕਨੀਕਲ ਕਮੇਟੀ ਦੇ ਜਿਹੜੇ ਮੈਂਬਰ ਆ ਕੋਈ ਕ੍ਰਿਟੀਕਲ ਪੁਆਇੰਟ ਆ ਉਸ ਤੇ ਬਹਿਸ ਕਰਕੇ ਆਪਦਾ ਫੈਸਲਾ ਦਿਓ। ਧੰਨਵਾਦ ਮਾਸਟਰ ਜੀ। ਲਓ ਦੇਖਦੇ ਵੀ ਨੌਜਵਾਨ ਗੁਰਵਿੰਦਰ ਵਰਿਆਂ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਇਹਦੇ ਕਹਿੰਦੇ ਵੀ ਮੰਮੀ ਡੈਡੀ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿੰਦੇ ਆ। ਲਓ ਦੇਖਦੇ ਵੀ ਨੌਜਵਾਨ ਹੁਣ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਵਰਿਆਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਘੱਲ ਪਿੰਡ ਕਹਿੰਦੇ ਵੀ ਖਿਡਾਰੀਆਂ ਦਾ ਪਿੰਡ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਨੇ ਬੜੀ ਵਧੀਆ ਕੋਸ਼ਿਸ਼ ਕੀਤੀ ਹੈ ਇੱਕ ਪਾਸੇ ਕਹਿੰਦੇ ਵੀ ਮੁੰਡਾ ਮੁੱਛ ਫੁੱਟ ਗੱਭਰੂ ਹੈ ਦੂਜੇ ਪਾਸੇ ਕਬੱਡੀ ਦਾ ਮਾਸਟਰ ਹੈ ਗੁਰਵਿੰਦਰ ਵਰਿਆਂ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਔਰ ਅਗਲੀ ਟੀਮ ਬਾਰੇ ਵੀ ਅਨਾਊਂਸ ਕੀਤਾ ਜਾਵੇ ਔਰ ਦੂਸਰੇ ਪਾਸੇ ਦੀਪਾ ਰਾਜਵਾਨ ਬਹੁਤ ਹੀ ਫੁਰਤੀ ਦਾ ਇਹ ਜਾਫੀ ਹੈ ਔਰ ਖੇਡ ਮੈਦਾਨ ਦੇ ਵਿੱਚ ਪੁਆਇੰਟ ਰਵੀ ਰਾਜਵਾਨ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਸ਼ੀਰਾ ਪੂਜਿਆ ਹੋਇਆ ਸੱਦੇ ਦੇ ਰਿਹਾ 18 ਤੇ 19 ਤਰੀਕ ਸੁਨੇਰ ਪਿੰਡ ਹੋਵੇਗੀ ਔਰ ਆਪਾਂ 17 ਤੇ 18 ਤਰੀਕ ਨੂੰ ਇਕੱਠੇ ਹੋਵਾਂਗੇ ਝੱਤਰੇ ਪਿੰਡ ਵਾਲੇ ਸੱਦੇ ਦੇ ਰਹੇ ਨੇ ਇੱਥੇ ਵੱਡੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਖਿਡਾਰੀਆਂ ਦੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਕਿ ਪਾਸੇ ਹੁਣ ਘੱਲ ਕਲਾਂ ਵਾਲਾ ਮੰਗਲਾ ਦੁਨੀਆ ਦੇ ਟਾਪ ਦੇ ਜਾਫੀਆਂ ਦੇ ਵਿੱਚ ਨਾਮ ਹੈ ਦੂਸਰੇ ਪਾਸੇ ਔਰ ਨੋਨਾ ਨੌਜਵਾਨ ਵਾੜਾ ਚੈਨ ਸਿੰਘ ਵਾਲੇ ਦਾ ਪੁਆਇੰਟ ਧਾਵੀ ਦੇ ਹਿੱਸੇ ਜਾਫੀ ਦੇ ਹਿੱਸੇ ਦੇ ਵਿੱਚ ਹੈ। ਮੈਚ ਸਮਾਪਤ ਹੈ ਕੱਲ ਦਾ ਦਿਨ ਹੋਵੇਗਾ ਉਮਰਿਆਣੀ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ ਬਹੁਤ ਸੋਹਣੇ ਮੈਚ ਖੇਡੇ ਜਾਣੇ ਨੇ ਔਰ ਨਾਲ ਹੀ ਹਾਂਜੀ ਬਾਈ ਬੇਨਤੀ ਆ ਵੀ ਜਿਹੜੇ ਜਾਲ ਦੇ ਅੰਦਰ ਬੈਠੇ ਆ ਪਲੀਜ਼ ਬਾਹਰ ਹੋ ਜਾਣ ਕਿਉਂਕਿ ਫਾਈਨਲ ਮੈਚ ਖਿਡਾਉਣੇ ਆ ਅਸੀਂ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਬਾਹਰ ਹੋ ਜਾਓ ਪਲੀਜ਼ ਹੱਥ ਜੋੜ ਕੇ ਬੇਨਤੀ ਸਾਰਿਆਂ ਅੱਗੇ। ਨਾਲ ਹੀ ਸਾਡੇ ਵੀਰ ਕਰਨਪਾਲ ਹੋਣੀ ਡੈਰੀ ਵਾਲੇ ਕਹਿੰਦੇ ਵੀ ਆਪ ਸਭ ਨੂੰ ਸੱਦੇ ਦੇ ਰਹੇ ਡੇਟਾ ਫਿਕਸ ਹੋ ਜਾਣੀ ਹੈ ਜਾਂ 22 ਜਾਂ 23 ਤਰੀਕ ਹੋਵੇਗੀ
ਖੋਸਾ ਰਣਧੀਰ ਦੇ ਕਬੱਡੀ ਕੱਪ ਦੀ ਆਪ ਸਭ ਨੂੰ ਸੱਦੇ ਦੇ ਰਹੇ ਸਾਡੇ ਵੀਰ ਕਰਨਪਾਲ ਹੋਣੀ ਸਾਰੇ ਜਿੰਨੇ ਵੀ ਵੀਰ ਆ ਸੱਤਪਾਲ ਹੋਣੀ ਗੁਰਿੰਦਰ ਪੱਪੀ ਰੈਂਪੀ ਸਰਪੰਚ ਹੋਣੀ ਆਪਾਂ ਉੱਥੇ ਵੀ ਪੁੱਜਣਾ ਹੈ ਔਰ ਇਹਦੀ ਜੇਤੂ ਟੀਮ ਦੱਸ ਦਿਓ ਜੀ ਹੈਲੋ ਬਾਈ ਦੀ ਸਟੇਜ ਤੋਂ ਥੱਲੇ ਹੋ ਜਾਣ ਜਿੰਨੇ ਖਿਡਾਰੀ ਉੱਥੇ ਕੋਈ ਆਇਆ ਵਾਧੂ ਬੰਦੇ ਸਟੇਜ ਤੋਂ ਥੱਲੇ ਹੋ ਜਾਣ ਕੱਲ ਜੇ ਥੱਲੇ ਹੋਊਗਾ ਕੋਈ ਇੱਥੇ ਆ ਜਾ ਕੋਈ ਇਲਾਜ ਪਤਾ ਕਿੱਥੇ ਕੋਈ ਨਾ ਆਵੇ ਕਮੇਟੀ ਕੋਲੇ ਉੱਤੇ ਥੱਲੇ ਕਰੇ ਜੋ ਕਰਨਾ ਮੰਨੇ ਕੱਲ ਜੇ ਰੈਫਰੀ ਨੇ ਕਰਦਾ ਉਹੀ ਟੱਲ ਰਹਿਣਾ ਬਾਕੀ ਨਹੀਂ ਦੇਣਾਗਾ ਕੋਈ ਨਾਮ ਹੋਵੇ ਨਾ ਕੋਈ ਹੋਰ ਕੋ ਠੀਕ ਆ ਜੀ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆ ਜਾਣ